ਲੈ ਗੱਲਾਂ ਤਾਂ ਆਪਾਂ ਬਾਅਦ ਚ ਕਰਾਂਗੇ ਬੈਠ ਕੇ, ਮੈਂ ਘੁੱਟ ਚਾਹ ਦੀ ਬਣਾਉਣੀ ਆ। ਚੰਗਾ ਚਾਹ ਪੀ ਲਈ ਤੂੰ ਬਹਿ ਕੇ। ਬਸ ਭਾਬੀ ਚਾਹ ਨੀ ਪੀਣੀ। ਮੈਂ ਕਿਉਂ ਕਾਹਤੋਂ ਨੀ ਪੀਣੀ ਹੈਗੀ ਚਾਹ? ਖਾਣਾ ਪੀਣਾ ਥੋੜਾ ਛੱਡਿਆ ਜਾਂਦਾ ਕਮਲੀਏ। ਮੈਨੂੰ ਕੁਛ ਨੀ ਚੰਗਾ ਲੱਗਦਾ ਭਾਬੀ। ਜਿਹੜਾ ਸਾਡਾ ਆਸ ਗਵਾਂਢ ਆ ਨਾ, ਤੇ ਮੈਨੂੰ ਸਾਰੀਆਂ ਕਹਿੰਦੀਆਂ ਤੂੰ ਬਾਗ ਜਾ ਇੱਕ ਵਾਰੀ। ਮੇਰਾ ਦਿਲ ਨੀ ਕਰਦਾ ਸੀ ਆਉਣ ਨੂੰ, ਬਸ ਇੱਕ ਤੁਹਾਡੇ ਮੂੰਹ ਨੂੰ ਆਉਣਾ ਪੈ ਗਿਆ। ਭਾਬੀ ਜੇ ਤੁਸੀਂ ਨਾ ਹੁੰਦੀਆਂ ਨਾ, ਆਪਣੀ ਕੁਦਰਤ ਤੇ ਤੁਸੀਂ ਭਾਬੀ ਜੇ ਦੋਨੋਂ ਨਾ ਹੁੰਦੀਆਂ ਨਾ, ਤੇ ਮੈਂ ਇਸ ਪਿੰਡ ਦੇ ਵਿੱਚ ਪੈਰ ਵੀ ਨਹੀਂ ਪਾਉਣਾ ਸੀ ਕਦੇ। ਪਰ ਤਾਂ ਛੱਡ, ਤੁਹਾਨੂੰ ਵੀ ਪਤਾ ਜਿੱਦਣ ਦਾ ਵੀਰਾ ਤੁਰ ਗਿਆ ਨਾ ਤੇ ਬਾਪੂ, ਮੈਨੂੰ ਇਹ ਘਰ ਵੱਡ ਖਾਣ ਨੂੰ ਆਉਂਦਾ ਭਾਬੀ। ਕਮਲੀਏ ਰੱਬ ਦੀਆਂ ਲਿਖੀਆਂ ਨੂੰ ਕੌਣ ਟਾਲ ਸਕਦਾ ਗਾ? ਹੁਣ ਆਪਾਂ ਨੂੰ ਕਿਹੜਾ ਪਤਾ ਸੀਗਾ ਕਿ ਤੇਰਾ ਵੀਰਾ ਆਪਾਂ ਨੂੰ ਅੱਧ ਵਿਚਕਾਰ ਆਈ ਛੱਡ ਕੇ ਤੁਰ ਜੂਗਾ। ਮੇਰੇ ਬਾਰੇ ਸੋਚ, ਮੈਂ ਪੂਰਾ ਭਰ ਜਵਾਖੜੀ ਨੂੰ ਕਿਵੇਂ ਪਾਲਦੀ ਹਾਂ ਤੇ ਜਿਹੜੀ ਮੇਰੇ ਤੇ ਬੀਤਦੀ ਹੈ ਨਾ, ਮੈਂ ਜਾਣਦੀ ਹਾਂ ਰਾਤਾਂ ਸਾਲਾਂ ਵਾਂਗੂ ਲੰਬੀਆਂ ਹੋ ਜਾਂਦੀਆਂ ਨੇ, ਸਵੇਰ ਵੀ ਮਸਾਂ ਚੜ੍ਹਦੀ ਹੈ। ਇੱਕ ਵਾਸਾ ਜਵਾਖੜੀ ਦੇ ਮੂੰਹ ਨੂੰ ਕਿ ਨਹੀਂ ਮਨਾ, ਕਿਤੇ ਹੋਰ ਵਿਆਹ ਕਰਾਉਂਗੀ ਤਾਂ ਜਵਾਖੜੀ ਨੂੰ ਨਹੀਂ ਕਿਸੇ ਨੇ ਅਪਣਾਉਣਾ ਹੈਗਾ। ਇਸੀ ਚੰਗੇ ਮਾੜੇ ਦਿਨ ਨਿਕਲ ਜਾਣਗੇ, ਆ 2 ਸਾਲਾਂ ਨੂੰ ਜਵਾਕੜੀ ਜਵਾਨ ਹੋਜੂ, ਹੱਪੀ ਸੰਭਾਲ ਲੂਗੀ ਸਾਰਾ ਕੁਛ। ਨਾ ਮੈਂ ਹੁਣ ਮਰ ਜਾ ਫਿਰ ਕੀ ਕੀਤਾ ਜਾਵੇ? ਮੈਂ ਮਨ ਹਲਕਾ ਕਰੀ ਜਾਂਦੀ ਹੈਗੀ। ਇਹ ਗੱਲਾਂ ਨਾ ਕਰ ਭਾਬੀ, ਬਸ ਮੇਰਾ ਉਹ ਦਿਲ ਨਹੀਂ ਕਰਦਾ। ਸੋਨਾ ਪਤਾ ਨਹੀਂ ਹੁੰਦਾ, ਇੱਕ ਤਿਉਹਾਰ ਦਾ ਦਿਨ ਜਦੋਂ ਰੱਖੜੀ ਆ ਜਾਂਦੀ ਹੈ ਨਾ, ਬਸ ਮੇਰਾ ਸੱਚੀ ਜੀ ਨਹੀਂ ਲੱਗਦਾ ਭਾਬੀ ਕਿਤੇ। ਜਦੋਂ ਆਪਣੇ ਤੇ ਬੀਤੀ ਰੱਖੜੀ ਵਾਲੇ ਦਿਨ ਆ ਨਾ, ਆਪਾਂ ਨੂੰ ਚੰਗਾ ਕੀ ਲੱਗਣਾ? ਮੈਂ ਤਾਂ ਆਪ ਆਪਦੇ ਪੇਕੀ ਵੀ ਜਾਣਾ ਛੱਡਤਾ, ਕੁਛ ਨੀ ਚੰਗਾ ਲੱਗਦਾ। ਹਰ ਸਾਲ ਦੁੱਖ ਨਵਾਂ ਆ ਕੇ ਖੜਾ ਹੋ ਜਾਂਦਾ ਗਾ। ਤੂੰ ਐ ਖਰਚਾ ਛੱਡ, ਤੂੰ ਇਹਨਾਂ ਮਨ ਨਾ ਹਲਕਾ ਕਰ। ਨੱਕੀ ਕਿਹੜਾ ਪਰਾਇਆ ਗਾ ਚਾਚੇ ਦਾ ਮੁੰਡਾ? ਉੱਧਰ ਜਾ, ਰੱਖੜੀ ਉਹਦੇ ਬੰਨ ਕੇ ਆ, ਨਾਲੇ ਉਹ ਵੀ ਤੈਨੂੰ ਡੀਕਦਾ ਹੋਊਗਾ। ਤੁਹਾਡੇ ਚ ਵਧੀਆ ਮੋਹ ਪਿਆਰ ਸੀਗਾ, ਉੱਧਰ ਜਾ ਤੂੰ। ਠੀਕ ਹੈ, ਮੈਂ ਤੇਰੇ ਆਉਂਦੀ ਨੂੰ ਚਾਹ ਪਾਣੀ ਬਣਾ ਲੂੰ। ਉੱਧਰ ਤਾਂ ਮੈਂ ਬਾਗ ਲੂੰ, ਪਰ ਜਿਹੜਾ ਮੇਰੇ ਨਾਲੋਂ ਜੰਮਿਆ ਵੀਰ ਸੀ ਉਹ ਤਾਂ ਨੀ ਆਉਂਦਾ ਨਾ ਮੁੜ ਕੇ। ਚੱਲ ਕੋਈ ਨਾ, ਇਹ ਨਾ ਮੁਕੇ ਕੇ ਮਨ ਹੌਲਾ ਕਰ। ਜੇ ਤੂੰ ਐਂ ਕਰੇਂਗੀ ਤਾਂ ਮੇਰਾ ਵੀ ਮਨ ਹਲਕਾ ਪੈ ਜੂਗਾ, ਮੈਂ ਵੀ ਪਤਾ ਨੀ ਫਿਰ ਕਿੰਨੇ ਦਿਨ ਰੋਈ ਜਾਵਾਂ। ਚੱਲ ਕੋਈ ਨਾ, ਤੂੰ ਜਾ ਕੇ ਉੱਠ ਕੇ, ਮੈਂ ਤੇਰੇ ਆਉਂਦੀ ਨੂੰ ਚਾਹ ਪਾਣੀ ਬਣਾ ਕੇ ਰੱਖਦੀ ਹਾਂ, ਨਾਲੇ ਕੁਛ ਖਾਣ ਨੂੰ ਬਣਾਉਂਦੀ ਹਾਂ, ਨਾਲੇ ਐਵੇਂ ਰੋਂਦੀ ਜੇ ਨਾ ਜਾਈ ਉੱਥੇ। ਠੀਕ ਹੈ ਨਾ, ਜਾ। ਠੀਕ ਹੈ ਬਾਬਾ, ਇੱਥੇ ਡੱਬਾ ਲੈ ਜੀ ਨਾਲ। ਚੰਗਾ, ਕੋਈ ਨਾ ਬਾਬਾ। ਇਹ ਵੀ ਕੰਮ ਵੀ ਇਹਦਾ ਦਿਲ ਤਾਂ ਮੈਂ ਫਿਰ ਵੀ ਟਿਕਾ ਦਿੰਦੀ ਹਾਂ ਗੱਲਾਂ ਕਰਕੇ। ਆਪਦੇ ਦਿਲ ਨੂੰ ਕਿਵੇਂ ਤਸੱਲੀ ਦੇਵਾਂ ਕਿ ਨਹੀਂ, ਹੁਣ ਉਹ ਕਦੇ ਨਹੀਂ ਵਾਪਸ ਆ ਸਕਦੇ। ਭਾਬੀ ਹੁਣ ਲੱਗਦਾ ਸੋਨੀ ਭਾਬੀ ਹਨਾ ਇਹ ਕਿੱਧਰੋਂ ਆ ਗਈ? ਅੰਦਰ ਹੀ ਹੋਣਗੇ ਲੱਗਦਾ। ਸੋਨੀ ਭੈਣ ਆਈ ਆ ਰੱਖੜੀ ਕਰਕੇ ਆਈ ਹੋਈ ਹੈ। ਰੱਖੜੀ ਨੂੰ ਦੱਸ, ਇਹ ਸੋਨੀ ਦੀ ਰੱਖੜੀ ਬੰਨਣ ਆਈ ਹੈ ਇੱਥੇ? ਸਤਿ ਸ਼੍ਰੀ ਅਕਾਲ ਕੁਛ ਨੀ ਬਾਈ, ਤੁਹਾਨੂੰ ਪਤਾ ਗਰਮੀ ਬਾਲੀ ਹੈਗੀ। ਹਾਂ ਹੋਰ,
ਇੱਕ ਤੇਰੀ ਆਦਤ ਦੁਪਹਿਰੇ ਦੁਪਹਿਰੇ ਆਉਣ ਦੀ, ਠੰਡੇ ਹੋਏ ਆਇਆ ਕਰ ਤੂੰ। ਉਹ ਕੀ ਕਰੀਏ, ਦੂਰ ਦੀ ਬਾਟ ਆ ਗਈ ਭਾਬੀ ਤਾਂ ਕਰ। ਹਾਂ ਹੁਣ ਕੁੜੀ ਜਟਾਣਾ ਵਾਸੀ ਹੁੰਦੇ 12 ਵਜੇ, ਤਾਂ ਕਰਕੇ ਇੱਕ ਟਾਈਮ ਹੀ ਆ ਬੱਸ ਦਾ। ਆਹੋ ਪਤਾ ਹੀ ਆ। ਹਾਂ ਬਈ ਸਹੀ ਗੱਲ ਆ, ਉਹ ਤਾਂ ਲੇਟ ਹੀ ਆਉਂਦੀ ਆ। ਹੋਰ ਅਸ ਜਵਾਕ ਠੀਕ ਸੀ ਘਰੇ? ਹਾਂ ਭਾਬੀ ਠੀਕ ਆ, ਸਾਰੇ ਵਧੀਆ ਨੇ। ਲੈ ਭਾਬੀ ਮੈਂ ਉਹ ਪਲੇਟ ਲੈ ਕੇ ਆਉਣੀ ਸੀ, ਮੈਂ ਕਿਹਾ ਚੱਲ ਬੰਨ ਹੀ ਦਿੰਦੀ ਰੱਖੜੀ, ਮੈਂ ਹੁਣ ਸਵਾਈ ਲੱਗੀ ਹੋਈ ਆ। ਸਹੀ ਗੱਲ ਆ, ਫਿਰ ਦੁਬਾਰਾ ਟਾਈਮ ਲੱਗੇ ਨਾ ਲੱਗੇ। ਚੰਗਾ ਚੱਕ ਲਿਆ ਪਲੇਟ, ਰਸੋਈ ਚ ਪਈ ਆ, ਐਂ ਕਰੀ ਨਾਲੇ ਪਾਣੀ ਪੀ ਆਈ। ਪਾਣੀ ਤਾਂ ਯਾਰ ਇੱਥੇ ਲਿਆ ਦੇ ਕੁੜੀ ਨੂੰ, ਚੱਲ ਕਰਦੀ ਹੁੰਨੀ ਆ। ਕੋਈ ਨਾ ਬਿਰ ਨਹੀਂ ਰਸੋਈ ਚ, ਕੋਈ ਨਾ ਵੀਰੋ ਮੈਂ ਆਪੇ ਪੀ ਲੈਣੀ ਆ ਪਾਣੀ ਕੋਰੀ, ਨਾਲੇ ਮੈਂ ਪਲੇਟ ਚੱਕ ਲਿਆਉਣੀ ਆ। ਉਹ ਤੂੰ ਕੁੜੀਏ ਬਾਈ ਨਾਲੇ ਚਾਹ ਦੀ ਕੁੱਟ ਬਣਾ ਲੈਂਦੀ, ਵਗ ਜਾਂਦੀ ਯਾਰ, ਐਂ ਕਰਦੀ ਹੁੰਨੀ ਆ। ਠੀਕ ਜਿਆ ਕਰਦੀ ਮਸਾ ਤਾਂ ਭੈਣ ਆਈ ਹੈਗੀ, ਤੂੰ ਇਹਦੇ ਨਾਲ ਬੋਲਣ ਲੱਗ ਜਾ ਕਰ। ਨਾਲੇ ਕਿੱਡੀ ਗੱਲ ਸੀਗੀ ਜੇ ਸੂਜੀ ਤੂੰ ਵਗ ਜਾਂਦੀ, ਨਾਲੇ ਚਾਹ ਬਣਾ ਲੈਂਦੀ ਜਿਹਲੀ ਪੋਰਾ। ਕੋਲਡ ਕਾਫੀ ਨਾ ਬਣਾਉਂਦੀ ਤੇਰੀ ਭੈਣ ਆਈ ਆ? ਉਹ ਤਾਂ ਤੂੰ ਮੈਨੂੰ ਨਹੀਂ ਬਣਾ ਕੇ ਦਿੰਦੀ, ਇਹਨੂੰ ਕਿੱਥੇ ਦੇ ਦੇਂਗੀ ਬਣਾ ਕੇ? ਮੜੇ ਟੱਕਿਆ ਰਹਿ, ਜੇ ਜਲੂਸ ਕਢਾਉਣਾ ਤਾਂ ਦੇਖ ਲਾ, ਨਾਲੇ ਤੈਨੂੰ ਇਹ ਗੱਲ ਦਾ ਚੰਗੀ ਤਰ੍ਹਾਂ ਪਤਾ ਮੇਰੇ ਕੋਲ ਕੀ ਇੱਥੇ ਦੇਖਣ ਨੂੰ, ਤੈਨੂੰ ਵੀ ਖਾ ਜੂ ਅਗਲੀ। ਰੱਖੜੀ ਵਾਲੇ ਦਿਨ ਜਿਹਨੇ ਆਪਣਾ ਭਰਾ ਨਹੀਂ ਛੱਡਿਆ, ਉਹ ਤੇਰੀ ਕੀ ਖੈਰ ਮਨਾਉਗੀ, ਮਰੀ ਇਹਨੇ ਇੱਥੇ ਪਕਾਈ ਆਪਦੀ। ਅੱਗੇ ਭਰਾ ਨਹੀਂ ਛੱਡਿਆ, ਕੋਈ ਹੱਥ 'ਚ ਸੀਗੀ ਕੀ ਉਹ ਗੱਲ? ਇਹ ਤਾਂ ਰੱਬ ਦੇ ਰੰਗ ਨੇ, ਰੱਬ ਦੇ। ਬਸ ਕਰਿਆ ਕਰ, ਇਹ ਜਿਹੀਆਂ ਪਤਾ ਨਹੀਂ ਕੀ ਸੁੱਖਾਂ ਮੰਗਦੀਆਂ ਨੇ, ਮਿੰਟ 'ਚ ਦੀ ਬੰਦੇ ਖਾ ਜਾਂਦੀਆਂ ਹੁੰਦੀਆਂ ਨੇ। ਬੰਦੇ ਖਾ ਜਾਂਦੇ ਐ, ਮੇਰੀ ਭੈਣ ਬੰਦੇ ਖਾਂਦੀ ਫਿਰਦੀ ਆ? ਜਦੋਂ ਵਿਆਹ ਕੇ ਗਈ ਆਪਦੇ ਘਰੇ, ਜਾਣ ਸਾਰ ਉਹਦਾ ਸਹੁਰਾ ਮੁੱਕ ਗਿਆ, ਫਿਰ ਜੇਠ ਮੁੱਕ ਗਿਆ, ਲੈਣ ਬੰਨਤੀ ਉੱਥੇ, ਪਹਿਲੀ ਵਾਰ ਇੱਥੇ ਰੱਖੜੀ ਬੰਨਣ ਆਈ, ਪਾਪਨੇ ਨੂੰ ਖਾ ਗਈ ਵੱਡੇ ਨੂੰ। ਖਾ ਬੁੜਾ ਤਾਂ ਉਹਨਾਂ ਦਾ ਨਿਆਣਾ ਸੀਗਾ ਹਨਾ, ਉਹਨੇ ਕਾਹਨੂੰ ਮਰਨਾ ਸੀਗਾ? ਭੈਣ ਤਾਂ ਤੇਰੀ ਨਿਆਣੀ ਆ, ਉਹਦੇ ਵੀ ਤੜਾਗੀ ਬੰਨਦੇ, ਤੂੰ ਤਾਂ ਉਹਨੂੰ ਵੀ ਨਿਆਣੀ ਨਿਆਣੀ ਕਹਿੰਦਾ ਰਹਿਣਾ। ਚੰਗਾ ਚੁੱਪ ਕਰ ਜਾ, ਬੜਾ ਹੋਣਾ ਕਰ, ਨਾਲੇ ਜੇ ਮੇਰੀ ਸਾਰੀ ਭੈਣ ਹੁੰਦੀ ਤੂੰ ਤਾਂ ਉਹਨੂੰ ਬੜਾ ਬੋਲਦੀ, ਇਹ ਤਾਂ ਫਿਰ ਵੀ ਮੇਰੇ ਚਾਚੇ ਦੀ ਕੁੜੀ ਹੈਗੀ। ਚਾਚੇ ਦੀਆਂ ਕੁੜੀਆਂ ਵੀ ਸਕੇ ਹੁੰਦੀਆਂ ਨੇ, ਪਰ ਜੇ ਕਿ ਟੰਗ ਸਰਦੀਆਂ ਹੁਣ ਤਾਂ ਐ ਨਹੀਂ ਵੀ ਪੈਂਚ ਵਾਲੇ ਦਿਨ ਚੱਕ ਕੇ ਬੂਥਾ ਆ ਜਾਓ, ਨਾ ਦੁਪਹਿਰ ਦੇਖਣੀ ਨਾ ਸਵੇਰ ਦੇਖਣੀ। ਤੈਨੂੰ ਪਤਾ ਵੀ ਅੱਜ ਦੇ ਦਿਨ ਕੋਈ ਵੀ ਰੱਖੜੀ ਨਹੀਂ ਬੰਨਦਾ, ਹੁਣ ਨਾ ਮੈਂ ਬੋਲ ਸਕਦੀ ਉਹਨੂੰ, ਸੂਸਨੀ ਜੀ ਚੱਕ ਕੇ ਮੂੰਹ ਦੀ ਆ ਜਾਂਦੀ ਹੈ, ਕਲੇਸ਼ ਆਪਣੇ ਹੋ ਜਾਂਦਾ। ਹਾਂ ਹਾਂ ਹੁਣ ਤਾਂ ਤੇਰੇ ਸਵਾਲ ਦਾ ਖਰ ਕਾਹਨੂੰ ਨਹੀਂ ਪਤਾ ਉਹਨੂੰ ਬੋਲਣ ਨੂੰ, ਕਾਹਨੂੰ ਨਹੀਂ ਪਤਾ, ਨਾਲੇ ਪਤਾ ਸੀ ਤੈਨੂੰ ਵੀ ਅੱਜ ਆਪਾਂ ਸ਼ਾਪਿੰਗ ਕਰਕੇ ਉਹਨੇ ਕੱਲ ਨੂੰ ਰੱਖੜੀ ਬੰਨਣ ਆਪਾਂ ਵੀ ਜਾਣਾ, ਫੋਨ ਕਰਕੇ ਨਹੀਂ ਆ ਸਕਦੀ ਉਹ? ਓਏ ਇਹ ਵਿਚਾਰੀ ਨੂੰ ਕੀ ਪਤਾ ਫੋਨਾਂ ਦਾ, ਸੋਚਾਲਾ ਫੋਨ ਇਹਦੇ ਕੋਲੇ ਹੈਗਾ ਤਾਂ ਹੈਗਾ ਨਾ, ਉਹ ਫਿਰ ਇੰਨਾ ਦਿਮਾਗ ਨਹੀਂ ਕੰਮ ਕਰਦਾ, ਇਹਨੇ ਤਾਂ ਦੁੱਖ ਪੈ ਗਏ ਦਿਮਾਗ ਬੰਦੇ ਤਾਂ ਉਹ ਬੋਂਦਲ ਜਾਂਦਾਗਾ। ਫਿਰ ਘਰੇ ਬਹਿ ਜੇ ਟਿੱਕੇ, ਜਦੋਂ ਏਡੇ ਏਡੇ ਦੁੱਖ ਪੈ ਗਏ ਬਹਿ ਨਹੀਂ ਸਕਦੀ, ਆਈ ਵਾਰ 2000 ਦਾ ਸੂਟ ਲੈ ਜਾਂਦੀ ਆ, ਚੱਕ ਕੇ ਸੜੇ ਹੋਏ ਲੱਡੂ ਲਿਆਉਂਦੀ ਆ। ਓਏ ਮਾਣ ਤਾਣ ਹੁੰਦਾ ਇਹ, ਕੋਈ ਪੈਸੇ ਦਾ ਖਾਣ ਪੀਣ ਦਾ ਥੋੜੀ ਹੁੰਦਾਗਾ। ਐਡਾ ਵੀ ਮਾਣ ਨਹੀਂ ਹੁੰਦਾ ਵੀ ਲੱਡੂ ਵੀ ਥੋੜੀ ਨਾਲ ਤੋੜ ਕੇ ਖਾਣੇ ਪੈਣ, ਚੱਜ ਦੇ ਨਹੀਂ ਲਿਆ ਸਕਦੀ 2000 ਦਾ। ਗਰਮੀ ਨਾਲ ਆਕੜ ਜਾਂਦੇ ਆ, ਕੋਈ ਉਹ ਬੇਹੇ ਲਾਉਂਦੀ ਆ ਹੋਟਲ ਚੋਂ? ਗਰਮੀ ਨਾਲ ਆਕੜੀ ਨਹੀਂ, ਸਿਖਰ ਦੁਪਹਿਰੇ ਆਉਂਦੀ ਆ, ਲੱਡੂ ਹੀ ਆਕੜਦੇ ਨੇ ਇਕੱਲੇ। ਤੂੰ ਹੁਣ ਮੇਰੇ ਨਾਲ ਬਹਿਸ ਕਰਦੀ ਕਿ ਪੇਟੀ ਚ ਸੂਟ ਲਿਆਉਣਾ ਕੱਢ ਕੇ ਕਿੰਨਾ? ਸੂਟ ਸੱਟ ਮੈਂ ਤਾਂ ਦਿੰਦੀ ਨੀ, ਰੁਪਈਆ 100 ਦੇ ਦੀ ਅਗਲੀ ਨੂੰ, ਸੁਣ ਗਿਆ? ਮੈਥੋਂ ਨੀ ਰੋਜ਼ ਰੋਜ਼ 2000 ਦੇ ਜਾਂਦਾ, ਇੱਥੇ ਉਹਨੇ ਘਰ ਖਾਣ ਨੂੰ ਠੇਕਾ ਲੈ ਰੱਖਿਆ। ਨਾ 100-100 ਰੁਪਏ ਦੀ ਭੁੱਖੀ ਆ ਉਹ, ਤੇ ਫਿਰ ਠੀਕ ਆ ਅਗਲੀ ਮਾਂ ਨਾਲ ਆਈ ਤੂੰ ਮਾਂ ਨੂੰ ਰੱਖ ਦੇ ਉਹਦਾ, ਮੈਂ ਤਾਂ ਕਹਿੰਦੀ 100 ਵੀ ਨਾ ਦੇ, ਉਹ ਤਾਂ 100 ਵੀ ਨਹੀਂ 100 ਵੀ ਨਹੀਂ ਫੜਦੀ ਹੈਗੀ। ਨਾ ਦੇ ਫਿਰ, ਤੈਨੂੰ ਕੀ ਆ, ਉਹੀ 100 ਦੀ ਹੱਥ ਨੇ ਠੰਡੇ ਦੀ ਬੋਤਲ ਲਿਆਮੀ ਸਾਰਾ ਟੱਬਰ ਪੀ। ਉਹ ਤਾਂ ਖਰ ਤੈਨੂੰ ਗਾਹਾਂ ਦੀ ਕਾਹ ਨੂੰ ਠੰਡਾ ਪਿਆ ਨਹੀਂ ਮੈਂ ਕਦੇ। ਬੜਾ ਬੋਲ ਨਾ ਮੇਰੇ ਮੂਹਰੇ, ਨਾਲੇ ਤੈਨੂੰ ਪਤਾ ਕੱਲ ਨੂੰ ਮੈਂ ਪਿੰਡ ਜਾਣਾ ਹੀ ਆ, ਮੁੜ ਕੇ ਆਉਣਾ ਨਹੀਂ ਮੈਂ, ਫਿਰ ਭੈਣ ਜੁੱਗਾ ਹੀ ਰਹਿ ਜਾਏਗਾ। ਚੰਗਾ ਨਾ ਡਰਾਬੇ ਜਿਹਾ ਦਿਆ ਕਰ, ਡਰਾਬੇ ਜਿਹਾ ਦਿਆ ਕਰ, ਹਵਾ ਹੀ ਰਹਿ ਜੂ ਤੈਨੂੰ। ਹੋਈ ਬੋਲ ਚੰਗਾ ਨਾਲੇ, ਸੁਣ ਲੈ ਫਿਰ, ਮੈਂ ਕਿਹੜਾ ਡਰਦੀ ਆ ਅਗਲੇ ਤੋਂ, ਮੈਂ ਨਹੀਂ ਡਰਦੀ ਡਰਦੀ ਕਿਸੇ ਤੋਂ।
ਲੈ ਅੱਜ ਤੱਕ ਸੋਨੀ ਭੈਣ ਆਈ ਨੀ ਹੈਗੀ, ਐਨੀ ਪਤਾ ਕੀ ਕਰਨ ਲੱਗ ਗਈ ਅੰਦਰ? ਆ ਜੂਗੀ, ਐਂ ਕਿਉਂ ਉੱਥੇ ਕਰੰਟ ਨਾ ਲੱਗ ਗਈ? ਓਏ ਐਂ ਨਾ ਬੋਲਿਆ ਕਰ। ਚੰਗਾ ਉਹਨੂੰ ਨਾ ਬੋਲਿਆ ਕਰ, ਉਹ ਚਾਹੇ ਸਾਰੇ ਟੱਬਰ ਨੂੰ ਖਾ ਜੇ। ਉਹ ਗੇਟ ਦਾ ਲੈ, ਉਹ ਵੱਗ ਗਈ ਉਹ ਤਾਂ ਤੇਰੇ ਬੋਲਣ ਕਰਕੇ। ਆ ਮੋੜ ਕੇ ਲਿਆਉਣਾ ਉਹਨੂੰ, ਇੱਕ ਮਿੰਟ ਰਹਿਣ ਦੇ, ਜਾਂਦੀ ਹੈ ਜਾਣ ਦੇ, ਇਹੋ ਜਿਹੀ ਆਕੜ ਆਪਾਂ ਨੂੰ ਕੀ ਲੋੜ ਹੈ ਚੱਲਣ ਦੀ? ਤੇਰੀ ਕਿਹੜਾ ਸਕੀ ਭੈਣ ਉਹ ਮੁੜ ਕੇ ਲਿਆਉਂਦਾ ਇਹ ਸਰਦਾਰ ਉਹਨੂੰ। ਚੰਗਾ ਨਹੀਂ ਜਾਂਦਾ, ਆ ਤਾਂ ਲੈ ਜਾਂਦੀ ਹੈ ਆਪਦਾ ਜੁੱਲੀ ਤੱਪੜ। ਕੋਈ ਗੱਲ ਨੀ, ਆਪਦਾ ਸਮਝ ਕੇ ਰੱਖ ਕੇ ਗਈ ਹੈ ਇੱਥੇ। ਆਪਦਾ ਸਮਝ, ਜੇ ਆਪਦਾ ਸਮਝਦੀ ਹੁੰਦੀ ਨਾ, ਜਿਵੇਂ ਕੁਛ ਬੋਲ ਵੀ ਦਿੱਤਾ ਸੀ ਨਾ ਸੁਣ ਲਿਆ ਤਾਂ ਵੀ ਅਗਲੀ ਆਉਂਦੀ, ਐ ਨੀ ਵੀ ਚੱਕ ਕੇ ਬੁੱਥਾ ਫੇਰ ਪੁੱਠੀ ਮੁੜ ਗਈ ਉਹ। ਤੇ ਹੁਣ ਜਿਵੇਂ ਕੱਲ ਨੂੰ ਰੱਖੜੀ ਮੰਨਣ ਜਾਏਗੀ, ਤੇਰਾ ਭਰਾ ਤੈਨੂੰ ਐਵੇਂ ਬੋਲੇ, ਤੂੰ ਬਹਿ ਜਾਏਗੀ ਉੱਥੇ? ਜੇ ਮੈਂ ਉਹਨਾਂ ਦਾ ਕੁਛ ਮਾੜਾ ਕਰੂੰਗੀ ਨਾ ਤਾਂ ਬੋਲਣ, ਬੇਸ਼ੱਕ ਮੇਰੇ ਮੂੰਹ ਤੇ ਬੋਲਣ। ਚੰਗਾ ਯਾਰ, ਤੂੰ ਤਾਂ ਇਹ ਵਾਰ ਮੈਨੂੰ ਪੁੱਠਾ ਹੀ ਬੋਲਣਾ ਹੁੰਦਾ, ਮੈਂ ਤਾਂ ਬੋਲਦੀ ਨਹੀਂ, ਚੁੱਪੀ ਆ ਮੈਂ ਤਾਂ। ਜੇ ਤੈਨੂੰ ਜ਼ਿਆਦਾ ਵੀ ਹੋ ਜਾਂਦਾ ਹੁੰਦਾ ਨਾ ਵੀ ਇਹਨੂੰ ਬਾਹਰ ਦੀ ਬਾਹਰ ਮੋੜ ਦਿਆ ਕਰ, ਨਾਲੇ ਇਹਨੂੰ ਪਤਾ ਵੀ ਆਈ ਫਿਰ ਮੈਂ ਬੇਇੱਜ਼ਤੀ ਕਰਾ ਕੇ ਜਾਂਦੀ ਆ, ਨਾ ਉਹ ਸਮਝੀ ਨਾ ਤੂੰ ਸਮਝੇ। ਸਮਝੀ ਤਾਂ ਤੂੰ ਨਹੀਂ ਹੈਗੀ। ਮੈਂ ਤਾਂ ਨਹੀਂ ਸਮਝੀ, ਸਾਡੇ 'ਚ ਫਰਕ ਪਵਾ ਰਹੀ ਆ। ਤੈਨੂੰ ਪਤਾ ਉਹ ਮੋਹ ਮਾਰੀ ਆਉਂਦੀ ਆ ਇਹ ਵਾਰ ਤਾਂ ਬੇਇੱਜ਼ਤੀ ਕਰਾਉਂਦੀ ਆ। ਮੋਹ ਮਾਰੀ ਨਹੀਂ ਆਉਂਦੀ, ਸੂਟ ਲੈਣ ਦੀ ਮਾਰੀ ਆਉਂਦੀ ਆ। ਸੂਟ ਪਿੱਛੇ ਨੇ ਪਹਿਲਾਂ ਵੱਡੇ ਦੀ ਜਾਨ ਲਈ ਆ। ਤੇ ਤੂੰ ਵੀ ਸੂਟ ਲੈਣ ਦੀ ਮਾਰੀ ਜਾਂਦੀ ਹੁੰਦੀ ਭਰਾ ਕੋਲੇ? ਮੈਂ ਤਾਂ ਕੋਈ ਸੂਟ ਨਹੀਂ ਲਿਆਉਂਦੀ ਹੈਗੀ, ਮੈਂ ਤਾਂ ਸਿੱਧਾ ਕਹਿ ਦਿੰਦੀ ਆ ਵੀ ਮੈਨੂੰ ਪੈਸਿਆਂ ਦੀ ਲੋੜ ਨਹੀਂ ਨਾ ਸੂਟਾਂ ਦੀ ਲੋੜ। ਰੱਖੜੀ ਤਾਂ ਰੱਖੀ ਲਵਾਂ, ਡੱਬਾ ਰੱਖ ਲਾਂਗੇ, ਬੰਨ ਲੂੰਗਾ, ਇੰਨਾ ਕੁ ਤਾਂ ਮਾਨ ਰੱਖਦੀ ਆ ਵਿਚਾਰੀ ਦਾ। ਖਾ ਲਾ ਪਹਿਲਾਂ ਲੱਡੂ, ਇੱਟ ਲਿਆ ਨਹੀਂ ਥੋੜੀ ਲਿਆ, ਭੰਨ ਭੰਨ ਖਾ ਲੈ ਇਹਨੂੰ, ਖਰੋਟਾ ਮੰਗੋ ਖਰੋਟਾ ਮੰਗੋ। ਉਹ ਲੈ ਲੱਡੂ ਨੇ ਐਵੇਂ ਬਦਨਾਮ ਕਰੀ ਜਾਨੀ ਹੈ, ਦੇਖ ਲੈ ਕੱਢ ਕੇ। ਦੇਖੇ ਆ ਮੈਂ, ਪਤਾ ਵੀ ਬੇਇੱਜ਼ਤੀ ਹੋਊ ਤਾਂ ਨਹੀਂ ਕੱਢਦਾ। ਕੋਈ ਗੱਲ ਨਹੀਂ, ਕੱਢ ਲਾਂਗੇ ਚਾਹ ਨਾਲ। ਕੱਢ ਲੂਗੇ ਚਾਹ ਨਾਲ। ਕੀ ਕਰੀ ਜਾਨੀ ਆ, ਰੋਟੀ ਬਣਾ ਲਈ? ਕਿੱਥੇ ਬਣਾ ਲਈਆਂ ਰੋਟੀਆਂ, ਹਜੇ ਚਾਹ ਬਣਾ ਕੇ ਹੱਡੀਆਂ ਮੈਂ ਤਾਂ। ਬਸ ਆਪ ਲਾ ਕੇ ਖਾਣੀਆਂ ਹੋਣੀਆਂ ਹਨ। ਲੈ ਆਪ ਲਾ ਕੇ ਖਾ ਲਿਆ, ਮੈਂ ਇਕੱਲੀ ਨੇ ਕਿੱਥੇ ਲਾ ਕੇ ਖਾ ਲਈਆਂ? ਤੂੰ ਸਾਰਾ ਸਵੇਰੇ ਜਿਹੜੇ ਦੇਖਿਓ ਉਹ ਆਪਣਾ ਪਰੌਂਠਾ ਲਿਆ ਬਣਾਇਆ ਸੀ, ਤੂੰ ਇਕੱਲਾ ਖਾ ਗਿਆ ਸਾਰਾ ਉਹ। ਤੇ ਇਕੱਲਾ ਖਾਣਾ ਨਹੀਂ, ਮੈਨੂੰ ਭੁੱਖ ਲੱਗਿਆ, ਰੋਟੀਆਂ ਨਹੀਂ ਲੰਘਾ। ਮੈਨੂੰ ਨੀ ਪਤਾ ਰੋਟੀਆਂ, ਮੈਂ ਕੀ ਕਰੀ ਚੱਲਾਂ ਹੁਣ? ਬਾਗਰੀ ਜੀ ਕਿਸੇ ਥਾਂ ਦੀ ਤੂੰ ਉਹ ਮੈਂ ਆ ਜੁੱਡੇ ਜਪਟਾ ਲੈ, ਮੈਂ ਤਾਂ ਕੰਮ ਕਰ ਲਿਆ ਕਰ, ਸਾਰਾ ਦਿਨ ਵਿਹਲੀ ਪਈ ਰਹਿੰਦੀ ਆ। ਤੂੰ ਨਾ ਧੁੱਪ ਕਰਕੇ ਭਾ ਜਾ, ਨਾਲੇ ਬਾਪੂ ਆ ਗਏ, ਉਹ ਦੱਸੂਗੀ ਬਾਰੀ ਬਾਰੀ ਲੜ ਪੈਣੀ, ਨਾਲੇ ਤੈਨੂੰ ਰੋਟੀਆਂ ਪਕਾ ਕੇ ਦਿੰਨੀ ਆ ਮੈਂ। ਆਹ ਰੋਟੀਆਂ ਪਕਾ ਕੇ ਦਿੰਦੀ ਹੈਗੀ, ਆਉਂਦੇ ਹੋ ਤੂੰ ਉਹ ਜਿੱਡਾ ਹੀ ਬਣਾਉਂਦੀ ਮਿੱਠੂ। ਕੁੱਤੇ ਜਾ ਬਾਹਰ ਨਿਕਲ ਜਾ, ਭੱਗ ਜਾ, ਭੁੱਖ ਲੱਗੀ ਪਈ ਆ। ਨਾਲੇ ਇਹਦੇ ਤੋਂ ਹਾਏ ਮੇਰੀ ਹੋ ਗਈ ਚਾਕਲੇਟ, ਮੈਨੂੰ ਨਹੀਂ ਪਤਾ, ਮੈਂ ਨਹੀਂ ਦਿੰਦਾ। ਨਾਲੇ ਮੇਰੀ ਗੱਲ ਸੁਣ, ਲੰਗੜਾ ਘਰ ਵਾਲਾ ਰੱਬੂ ਤੇਰੇ ਵਾਸਤੇ ਲੰਗੜਾ ਆਇਆ ਤੁਰੂ ਤੇਰੇ ਵਾਸਤੇ ਅੰਨੀ ਬਹੂ ਲੈ ਕੇ, ਮਗਰ ਨਹੀਂ ਜਿਹਨੂੰ ਜੰਮਣਾ ਦਿਸੇ। ਹਾਂ ਬਾਂਦਰੀ ਨਾ ਕੋਈ ਕਿਸੇ ਥਾਂ ਦੀ, ਤੂੰ ਆ ਬਾਂਦਰ ਕੁੱਤਾ, ਤੂੰ ਆ ਬਾਂਦਰੀ 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 ਦੱਸ ਨਹੀਂ ਮੈਂ ਬਾਪੂ ਨੂੰ ਕਹਿੰਦਾ ਹੁਣ ਜੁੰਡਾ ਪਟੂਆ ਰੋਟੀ ਬਣਾ ਰਹੇ ਸੀ, ਕਰ ਮੈਨੂੰ, ਮੈਂ ਵੀ ਬਣਾਉਂਦੀ ਨੀ, ਕੋਈ ਨਾ ਆ ਜਾਣ ਤੇ ਬਾਪੂ ਨੂੰ ਦੱਸੂਗੀ।
ਮਿੱਡੋ ਜਾ ਨਾ ਆ ਜਾਂਦਾ ਜਦ ਤੱਕ ਕਦੋਂ ਰੋਟੀਆਂ ਪਕਾ ਕੇ ਦੇ ਦੇ ਆਪਦੀ ਬਹੂ ਲਿਆ ਆਪੇ ਪਕਾ ਕੇ ਦੇ ਦਿਆ ਕਰੂਗੀ ਮੈਂ ਵੀ ਚਾਹ ਪੀਣੀ ਆ ਆਕੜ ਕੇ ਜੇ ਬਾਹਰ ਆ ਗਿਆ ਇੱਕ ਵਾਰੀ ਮੁੜ ਕੇ ਸ਼ਾਮ ਤੱਕ ਨੀ ਵੜਨਾ ਘਰੇ ਚੱਲ ਪਹਿਲਾਂ ਰੋਟੀ ਬਣਾ ਦਿੰਨੀ ਆ ਇਹਨੂੰ ਮੈਂ ਫੇਰ ਪੀ ਲੂੰਗੀ ਚਾਹ ਆਟਾ ਚੱਕਿਆ ਪਿਆ ਗਾ ਬਸ ਉਹਦੇ ਬਣਾ ਦਿੰਨੀ ਆ ਇਕੱਲੇ ਦੀ ਪਰੌਂਠਾ ਬਣਾ ਕੇ ਦੇ ਦਿੰਦੀ ਆਪ ਹੀ ਖੁਸ਼ ਹੋ ਜੂਗਾ ਲੈ ਵੀਰ ਵਾਸਤੇ ਨਾ ਨੂਣ ਪਾ ਕੇ ਨਾ ਵਧੀਆ ਜਿਹਾ ਘੈਂਟ ਜਿਹਾ ਪਰੌਂਠਾ ਬਣਾਉਂਦੀ ਆ ਖਾ ਲੈ ਵੀਰੇ ਪਰੌਂਠਾ ਲੈ ਚਾਹ ਪੀ ਲਾ ਪਰੌਂਠਾ ਵਧੀਆ ਬਣਨਾ ਸੀ ਵੀਰੇ ਪਰੌਂਠਾ ਦਾ ਸਵਾਦ ਸੀ ਚਲੋ ਮੈਂ ਬਾਪੂ ਨੂੰ ਐਂ ਕਹਿ ਦੂੰਗਾ ਘਰ ਵਾਲਾ ਲੰਗੜਾ ਲੂਲਾ ਨਾ ਲੱਭੀ ਨੂੰ ਪਰ ਇਹਦਾ ਫਾਹਾ ਵੱਢ ਛੇਤੀ ਛੇਤੀ ਫਾਹਾ ਵੱਢ ਕੇ ਮੇਰਾ ਘਰ ਹੋਵੇ ਵਿਹਲਾ ਤੇ ਘਰ ਦਾ ਮਾਲਕ ਹੋਇਆ ਮੈਂ ਠੀਕ ਆ ਫਾਹਾ ਜਿਹੜਾ ਛੇਤੀ ਛੇਤੀ ਵੱਢਿਆ ਜਾਵੇ ਫਿਰ ਇਹ ਆਪਦੇ ਸਹੁਰਿਆਂ ਤੋਂ ਮੁੜ ਕੇ ਨਾ ਆਵੇ ਤੂੰ ਹੀ ਚਾਹੁੰਦਾ ਗਾ ਵੀ ਮੈਂ ਆਪਦੇ ਸਹੁਰੇ ਘਰੇ ਜਾਵਾਂ ਮੈਂ ਵੀ ਜਾਂਦੀ ਨੀ ਮੈਂ ਵੀ ਵਿਆਹ ਕਰਾਉਂਦੀ ਨੀ ਹੈਗੀ ਕੋਈ ਨਾ ਹਾਂ ਜਿੰਨਾ ਚਿਰ ਤੇਰਾ ਵਿਆਹ ਨੀ ਹੁੰਦਾ ਪਹਿਲਾਂ ਤੇਰਾ ਵਿਆਹ ਦੇਖ ਗੱਲ ਹੀ ਨੀ ਪਤਾ ਕੀ ਗੱਲ ਇਧਰ ਤਾਂ ਐ ਲੈ ਕੇ ਗਿਆ ਵਾ ਮੁੰਡਾ ਦੇਖਣ ਤੇਰੇ ਵਾਸਤੇ ਸੜਿਆ ਹੋਇਆ ਕੋਈ ਨਾ ਬਾਬਾ ਨਾਨਕਾ ਅੱਜ ਮੁੰਡਾ ਵਾਲਿਆਂ ਨਾਲ ਗੱਲਬਾਤ ਪੱਕੀ ਹੋ ਜਾਏ ਬਾਪੂ ਆਉਣ ਵਾਲਾ ਹੇ ਬਾਬਾ ਨਾਨਕਾ ਮੈਂ ਤਾਂ ਕਹਿੰਦੀ ਆ ਨਾ ਉਹ ਉਧਰਲੇ ਰਸਤੇ ਮੁੜ ਕੇ ਨਾ ਦੂਜੇ ਰਸਤੇ ਆ ਜਾਣਾ ਤੇ ਇਹਦੀ ਬਹੂ ਦੇਖ ਕੇ ਆਉਣਾ ਫੇਰ ਮੈਨੂੰ ਜਵਾਨ ਹੀ ਜਾਂਦੇ ਜਵਾਨ ਹੀ ਜਾਂਦੇ ਕਿੰਨਾ ਛੋਟਾ ਦੱਸੋ ਮੈਂ ਵੱਡਾ ਹੈ ਤੂੰ ਮੇਰੇ ਤੋਂ ਹਾਂ ਬਾਬਾ ਨਾਨਕਾ ਗੱਲ ਪੱਕੀ ਹੋਵੇ ਤਾਂ ਵਿਆਹ ਦੇਖਾਂ ਲੱਡੂ ਖਾਵਾਂ ਲੱਡੂ ਮੈਂ ਵੀ ਲੱਡੂਆਂ ਚ ਰੇਤਾ ਪਾਉਂ ਮੈਂ ਜਾਣੀ ਹੁਣ ਕੋਈ ਆ ਜਾਂਦੇ ਬਾਪੂ ਨੂੰ ਦੱਸੂਗੀ ਮੈਂ ਸੜਿਆ ਹੋਇਆ ਰਿਸ਼ਤੇਦਾਰੀ ਚ ਬਹਿ ਜਾਣਾ ਬੰਦਾ ਉਹ ਥੱਕ ਜਾਂਦਾ ਭੈਣ ਜੇ ਨਾ ਥੱਕੇ ਤਾਂ ਵੀ ਥੱਕ ਲੈ ਆ ਕੁੜੀ ਫਾਰਮ ਜੀ ਐਂ ਸਿੱਟ ਦਿੰਦੀ ਆ ਜਦੋਂ ਲੋੜ ਹੋਵੇ ਤੇ ਫਿਰ ਲੱਭਦੇ ਨੀ ਉਹ ਪੁੱਤ ਲਿਆ ਪਾਣੀ ਆ ਗਈ ਬਾਪੂ ਲੈ ਬਾਪੂ ਪਾਣੀ ਉਹ ਪਾਣੀ ਤਾਂ ਠੀਕ ਆ ਆ ਪੁੱਤ ਸਟੇਟਮੈਂਟ ਹੈ ਇਹ ਖਾਤੇ ਵਾਲੀ ਹੈ ਸਟੇਟਮੈਂਟ ਬਾਪੂ ਕਿੰਨੇ ਪੈਸੇ ਕਢਾਏ ਆ ਹਾਏ ਇੰਨੀਆਂ ਰਕਮਾਂ ਆ ਮੈਨੂੰ ਪਤਾ ਆ ਇਹਨੇ ਕਢਾਈਆਂ ਹੋਣਗੇ ਆਪਣੇ ਵਾਲੇ ਬਾਂਦਰ ਜੇ ਨੇ ਉਹ ਗੱਲ ਸੁਣ ਲਾ ਮੇਰੀ ਪੁੱਤ ਇਹ ਤਾਂ ਚੱਲਦਾ ਰਹਿੰਦਾ ਦੱਸਾਂ ਕੀ ਗੱਲ ਹੈ 3 ਮਹੀਨਿਆਂ ਸਟੇਟਮੈਂਟਾਂ ਚਾਹੀਦੀਆਂ ਆਪਾਂ ਲਿਮਟ ਜੀ ਬਣਾਉਣੀ ਸੀ ਉਹ ਤੇਰਾ ਵਿਆਹ ਨਹੀਂ ਕਰਨਾ ਹੁਣ ਵਿਆਹ ਹੋਰ ਕਿਉਂ ਬਾਪੂ ਮੈਂ ਨੀ ਕਰਾਉਂਦੀ ਜੇ ਵਿਆਹ ਨਾਲੇ ਪਹਿਲਾਂ ਉਹਦਾ ਘਰ ਮੈਨੂੰ ਨੀ ਪਤਾ ਲੈ ਕਮਾਲ ਕਰੀ ਨੇ ਆਹ ਵਿਆਹ ਤਾਂ ਕੁੜੀਆਂ ਦਾ ਕਰਨੇ ਪੈਂਦੇ ਆ ਇਹ ਤਾਂ ਰਾਜਿਆਂ ਨੇ ਰੱਖੀ ਤੇ ਮੈਂ ਤੇ ਕੌਣ ਹੈ
ਲੈ ਬਾਪੂ ਮੈਂ ਕਿ ਭੱਜੀ ਜਾਂਦੀ ਆ ਕਿਤੇ ਕਿ ਲੈਡੀ ਸੇਤੇ ਦੱਸ ਵਿਆਹ ਨੂੰ ਕੀ ਹੋਇਆ ਅਗਰ ਨਹੀਂ ਕਰਨਾ ਮੈਂ ਵਿਆਹ ਮੈਨੂੰ ਨਹੀਂ ਪਤਾਗਾ ਲੈ ਤੈਨੂੰ ਤੇ ਨਹੀਂ ਪਤਾ ਮੈਨੂੰ ਤਾਂ ਪਤਾ ਪੁੱਤ ਜੇ ਤੈਨੂੰ ਨਹੀਂ ਪਤਾ ਤੇ ਬਾਪੂ ਮੈਂ ਭੈੜੀ ਲੱਗਦੀ ਆ ਤੁਹਾਨੂੰ ਲੈ ਕੌਣ ਕਹਿੰਦਾ ਤੈਨੂੰ ਭੈੜੀ ਲੱਗਦੀ ਤੇ ਫਿਰ ਜੋ ਕੱਢਣ ਨੂੰ ਫਿਰਦੇ ਛੇਤੀ ਵੀ ਇਹਨੂੰ ਭੇਜ ਦੀਏ ਬਸ ਹਾਂ ਮੈਂ ਨਹੀਂ ਕਰਾਉਣਾ ਵਿਆਹ ਜਿਹੜੇ ਮੈਂ ਉਰੇ ਸੁਪਨੇ ਪੂਰੇ ਕਰਦੇ ਤੇ ਮੇਰੇ ਅੱਗੇ ਕਿਵੇਂ ਹੋਣਗੇ ਲੈ ਕਮਾਲ ਕਰੀ ਜਾਂਦੇ ਆ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਲੈ ਪੁੱਤ ਸੁਪਨੇ ਤੇਰੇ ਸਾਰੇ ਦੱਸ ਕਿਹੋ ਜਿਹਾ ਤੈਨੂੰ ਚਾਹੀਦਾ ਘਰ ਵਾਲਾ ਮੈਂ ਉਹ ਜਿਹਾ ਲੱਭ ਦੂੰਗਾ ਮੈਂ ਤੂੰ ਸੋਹਣਾ ਮੁੰਡਾ ਦੇਖ ਕੇ ਆਇਆ ਜ਼ਮੀਨ ਜਾਇਦਾਦ ਸਾਰਾ ਕੁਛ ਹੈ ਤੂੰ ਦੱਸ ਦੇ ਕਿਹੋ ਜਿਹਾ ਚਾਹੀਦਾ ਤੈਨੂੰ ਮੁੰਡਾ ਆਪਾਂ ਉਹ ਜਿਹਾ ਲੱਭ ਲਾਂਗੇ ਬਾਪੂ ਮੁੰਡਾ ਮੈਨੂੰ ਨੀ ਚਾਹੀਦਾ ਹਜੇ ਨਾਲੇ ਆਪਣੇ ਵਾਲੇ ਟਿਉਂਗਰੇ ਜੀ ਨੂੰ ਉਹਨਾਂ ਨੂੰ ਮੈਨੂੰ ਨਾ ਗੋਲਾਂ ਨਿਕਲਦੀਆਂ ਨੇ ਪਹਿਲਾਂ ਤੂੰ ਇਹਨੂੰ ਬਹੂ ਲਿਆ ਕੇ ਦੇ ਮੈਨੂੰ ਨੀ ਪਤਾ ਉਹ ਦੋਨਾਂ ਵਾਸਤੇ ਦੇਖ ਕੇ ਆਇਆ ਹੈ ਬਾਪੂ ਹਾਂ ਦੋਨਾਂ ਵਾਸਤੇ ਕਹੀ ਜੀ ਉਹਦੀ ਬਹੂ ਦਿਖਾ ਪਹਿਲਾਂ ਉਹ ਲੈ ਉਹ ਪੁੱਤਰ ਫੋਟੋ ਥੋੜੀ ਲਿਆਉਣੇ ਆ ਆਪਾਂ ਦੇ ਖਾਨਦਾਨੀ ਆ ਤੈਨੂੰ ਪਤਾ ਹੈਗਾ ਜਿਹੜੇ ਬੰਦੇ ਦੀ ਜਵਾਨ ਹੋ ਜੇ ਬਸ ਉਹ ਹੀ ਕਰਦੇ ਹੁੰਦੇ ਆ ਨਾ ਅਸੀਂ ਫੋਟੋ ਦਿਖਾਈ ਨਾ ਆ ਨਾ ਦੇਖਣੀ ਨਾ ਦਿਖਾਈ ਆ ਤੇ ਨਾ ਤੈਨੂੰ ਪਤਾ ਹੈਗਾ ਹੈ ਨਾ ਆਪਾਂ ਉਹ ਲੋਕਾਂ ਨਾਲ ਚੱਜ ਕਰਦੇ ਆ ਆਪਾਂ ਦੀ ਕਿਹੜੀ ਮੇਰੀ ਜਵਾਨ ਹੋ ਜੇ ਉਹੀ ਆ ਬੰਦਿਆਂ ਦੀ ਜਵਾਨ ਹੋ ਗਈ ਬਸ ਬਾਪੂ ਤੂੰ ਤਾਂ ਜਵਾਨ ਤੇ ਅੜ ਜਾਣਾ ਉਹਨਾਂ ਦੇਖੀ ਬਾਪੂ ਤੇ ਨਾਲੇ ਇਹਦੇ ਬਹੂ ਨਾ ਜਮਾ ਕਾਮਲੀ ਬਾਉਣੀ ਲੈ ਕੇ ਆਉਣੀ ਆ ਜਿਹੜੇ ਮੈਨੂੰ ਸਾਰਾ ਦਿਨ ਕਾਮਲੀ ਕਾਮਲੀ ਅੱਜ ਮੇਰੇ ਜੁੰਡੇ ਪੱਟਦੇ ਨੇ ਉਹ ਕੋਈ ਨਾ ਕਾਮਲੀ ਲੱਭ ਕੇ ਲੈ ਜਾਵੇ ਤੂੰ ਕਹਿਣਾ ਉਵੇਂ ਆ ਕੋਈ ਜੀ ਲੈ ਆ ਕਹਿਦਾ ਹੀ ਕਾਮਲੀ ਬਾਉ ਆਈ ਵਧੀਆ ਮਿੰਟ ਲਾਓ ਮੋਟੀ ਆ ਐਡੀ ਮੋਟੀ ਹਾਂ ਵਧੀਆ ਮੈਂ ਤਾਂ ਕਹਿੰਦੀ ਨਾ ਜਦੋਂ ਆ ਗਈ ਨਾ ਇਹਦੀ ਬਹੂ ਤੇ ਇਹਦੇ ਉੱਤੇ ਬਹਿ ਜਾ ਕਰ ਮੁੜ ਕੇ ਨਾ ਤੇ ਪੀਚਰਾ ਨਿਕਲ ਜਾ ਕਰੂਗਾ ਹਾਂ ਲੱਤ ਕੱਢਦਾ ਕਰੂ ਇਹ ਹਾਂ ਜਿਹੜਾ ਮੈਨੂੰ ਕੁੱਟਦਾ ਉਹਨੇ ਗੱਲ ਸੁਣ ਲੈ ਹੁਣ ਤੂੰ ਲੜੀ ਜਾਨੀ ਆ ਹੈ ਜੇ ਤੂੰ ਸਹੁਰੇ ਘਰ ਬਾਗੀ ਨਾ ਤੈਨੂੰ ਬੜੀ ਯਾਦ ਆਇਆ ਕਰੂ ਇਹੀ ਭਰਾ ਦੀ ਯਾਦ ਆਇਆ ਕਰੂ ਮੇਰੇ ਭੈਣਾਂ ਨੂੰ ਪੁੱਛ ਕੇ ਦੇਖ ਹੈ ਜਦੋਂ ਅਸੀਂ ਉਹ ਕੁੱਤੇ ਆ ਜਾ ਤੇਰੀ ਬਹੂ ਦੇ ਕੇ ਮੋਟੀ ਆ ਬਾਪੂ ਹਾਂ ਤੂੰ ਮੈਨੂੰ ਕਹਿਣਾ ਸੀ ਨਾ ਟਿਕ ਜਾ ਕਰ ਕਿਉਂ ਲੜਦਾ ਕੁੜੀ ਬਾਪੂ ਇਹਦੀ ਬਹੂ ਦੇ ਕੇ ਆ ਇਹ ਰਿਸ਼ਤਾ ਦੇਖਣ ਗਏ ਸਾਰਾ ਦਿਨ ਸਾਰਾ ਦਿਨ ਕੋਈ ਕੰਮ ਨਹੀਂ ਕਰਦੀ ਵਿਹਲੀ ਟੀਵੀ ਦੇਖੀ ਜਾਂਦੀ ਰਹਿੰਦੀ ਆ ਇਹ ਤੇ ਰੋਟੀਆਂ ਨੇ ਅੱਜ ਮੈਨੂੰ 1 ਵਜੇ ਲਾ ਕੇ ਦਿੱਤੀਆਂ ਦੇਖ ਕੇ ਬਾਪੂ ਪਰੌਂਠਾ ਬਣਾ ਕੇ ਦਿੱਤਾ ਮੈਂ ਦੇਖੇ ਜਿੰਦੇ ਜਨਾ ਪਟਾਲੀ ਮੇਤੋਂ ਉਹ ਮੈਨੂੰ ਪਤਾ ਉਹ ਕਿਹੜਾ ਕੰਮ ਕਰਦਾ ਹੈ ਮੇਤੋਂ ਸੁਣੀ ਗਾਲ ਹੋਣਾ ਤੇ 1 ਵਜੇ ਕੀ ਲੈਣਾ ਇਸ ਘਰੇ ਹੈ ਤੇ ਟਾਈਮ ਨਾਲ ਨਹੀਂ ਆ ਸਕਦਾ ਉਹ ਬਾਪੂ ਖੇਡਣ ਲੱਗ ਗਿਆ ਕਰੈਕਟ ਖੇਡੀ ਖੇਡਣ ਨੂੰ ਜਵਾਕ ਆ ਮੇਰੇ ਨਾਲ ਵੱਡੀ ਦਾੜੀ ਤੇਰੇ ਆ ਹਾਂ ਮਗਰ ਉਹ ਤੋਂ ਰੱਖਦਾ ਤੂੰ ਬਾਪੂ ਕਟਾ ਦਿੰਨਾ ਕਟਾ ਦਿੰਨਾ ਸਾਲਾ ਬਿੱਜੂ ਗਿਆ ਉਹ ਅੱਜ ਕਿੱਥੇ ਬਾਪੂ ਬਾਪੂ ਬਿੱਜੂ ਸੱਚੀ ਬਿੱਜੂ ਲਾਇਦਾ ਹੈ ਪੱਗ ਪੁੱਗ ਬੰਨ ਲਿਆ ਕਰ ਉਹ ਜਰੂਸ ਕੱਢੀ ਜਾਂਦਾ ਰਹਿੰਦਾ ਨਾਲੇ ਉਹ ਗੱਲ ਸੁਣ ਲੈ ਤੇਰਾ ਰਿਸ਼ਤਾ ਵੀ ਕਰਾਇਆ ਤੇ ਇਹਦਾ ਵੀ ਕਰਾਇਆ ਦੋਨਾਂ ਦਾ ਹੀ ਲੈ ਕੀ ਇੱਕ ਡੰਡੇਲ ਤੋਂ ਖੜਾ ਹੋ ਜਾਣਾ ਹੋਰ ਗੱਲ ਪਾਏਗਾ ਮੇਰੇ ਨਾਲ ਗੱਲ ਲੈ ਪੁੱਤ ਤੇਰੇ ਰੋਟੀਆਂ ਪਕਾਉਣਾ ਰੋਟੀ ਲੈ ਮੇਰੀ ਗੱਲ ਸੁਣ ਉਹਨੂੰ ਤਾਂ ਮੈਂ ਝੱਲ ਲੂੰ ਇਹਨੂੰ ਬਾਹਰ ਕੱਢ ਬਾਉਂਦਰੀ ਨੂੰ ਕਿਸ ਥਾਂ ਦੀ ਦੇਖੀ ਬਾਪੂ ਲੈ ਮਾਰ ਦੇ ਦੇ ਕਿ ਫੇਰ ਆ ਚੱਲ ਕੋਈ ਗੱਲ ਨਾ ਹੁਣ ਤੂੰ 2-4 ਦਿਨ ਖੇਡ ਲੋ ਇਹਦਾ ਫਾਹਾ ਵੱਢ ਦੇ ਬਾਹਰ ਤਾਂ ਫਾਹਾ ਤੇਰਾ ਫਾਹਾ ਤੇਰਾ ਬਾਂਦਰ ਜਾ ਉਹ ਕੋਈ ਗੱਲ ਨਹੀਂ ਪੁੱਤ ਕਿਉਂ ਫਿਕਰ ਕਰਦੀ ਨਾ ਤੂੰ ਤਰਸਿਆ ਕਰੇਂਗੀ ਇਹ ਗੱਲ ਯਾਦ ਰੱਖੀ ਤੂੰ ਬਾਪੂ ਦੇਖੀ ਹੁਣ ਤਾਂ ਮੈਨੂੰ ਤਾਂ ਇੰਨਾ ਪਿਆਰ ਹੁੰਦਾ ਗਾ ਪਰ ਇਹ ਜਦੋਂ ਲੜ ਪੈਂਦਾ ਉਦੋਂ ਮੈਨੂੰ ਬੁਰਾ ਲੱਗਦਾ ਏ ਲੈ ਪੁੱਤ ਅਗਲਾ ਸਾ ਬਾਪੂ ਮੈਂ ਰੋਟੀ ਬਣਾ ਕੇ ਦੇਵਾਂ ਨਾ ਪੁੱਤ ਰੋਟੀ ਤਾਂ ਮੈਂ ਖਾ ਆਇਆ ਸੀ ਉਹਨਾਂ ਦੇ ਬਾਪੂ ਮੇਰੀ ਗੱਲ ਸੁਣ ਲਾ ਇਹਨੂੰ ਕਹਿ ਦੇ ਵੀ ਮੈਨੂੰ ਲੜਾ ਨਾ ਕਰੇ ਦੇਖੀ ਸਾਰਾ ਦਿਨ ਲੜਦਾ ਰਹਿੰਦਾਗਾ ਉਹ ਦੇਖੇ ਉਹਨਾਂ ਦਾ 5-10 ਦਿਨ ਹੋਰ ਆ ਉਹ ਕਿਸੋਕੇ ਕਰ ਲੈ ਮੈਂ ਨਹੀਂ ਵਿਆਹ ਕਰਾਉਂਦੀ ਚੱਲ ਕੋਈ ਗੱਲ ਕਮੋ ਹਾਂਜੀ ਰੋਟੀ ਤਾਂ ਨਹੀਂ ਬਣੀ ਉਹ ਰੋਟੀ ਤਾਂ ਬਣੀ ਨਹੀਂ ਹੈਗੀ ਹਲੇ ਤੇ ਬਾਪੂ ਕਹਿੰਦੇ ਸੀ ਖਿਚੜੀ ਖਾਣੀ ਆ ਮੈਂ ਸੋਚਿਆ ਖਿਚੜੀ ਬਣਾ ਦੂੰਗੀ
ਚੱਲ ਤੂੰ ਤਾਂ ਖਿਚੜੀ ਬਣਾ ਲਈ, ਫਿਰ ਤੂੰ ਰੋਟੀ ਤਾਂ ਲੇਟ ਬਣਾਏਗੀ, ਮੈਂ ਨਾ ਮੋਟਰ ਸਾਈਕਲ ਦੀ ਸਰਵਿਸ ਕਰਾ ਲਿਆ ਮੈਂ ਯਾਰ। ਫਿਰ ਅੱਜ ਤਾਂ ਤੁਸੀਂ ਘਰੇ ਹੀ ਹੋਗੇ? ਹੈ ਤਾਂ ਘਰੇ ਸੀਗਾ ਕੰਮ। ਹੈ ਤਾਂ ਘਰੇ, ਫਿਰ ਮੇਰੀ ਇੱਕ ਗੱਲ ਸੁਣ ਲਓ, ਤੇ ਸੋਨੀ ਵੀ ਆਊਗੀ, ਜੇ ਅੱਜ ਘਰੇ ਹੋ ਤੁਸੀਂ ਲੀੜੇ ਕੱਪੜੇ ਦਾ ਨਿਬੇੜ ਦਿਓ, ਠੀਕ ਹੈ? ਰੱਖੜੀ ਲੈ ਕੇ ਉਹਨੇ ਆਉਣਾ ਤੇ ਫਿਰ ਮੌਕੇ ਤੇ ਸੂਟ ਲੈਣ ਜਾਣਾ ਪੈਂਦਾ, ਜੇ ਮੈਂ ਗਈ ਤਾਂ ਸਾਰੀ ਦਿਹਾੜੀ ਲੈ ਜਾਊਗੀ। ਸੋਨੀ ਨੇ ਫੋਨ ਫਾਨ ਕੀਤਾ ਵੀ ਉਹਨਾਂ ਦਾ? ਫੋਨ ਤਾਂ ਨਹੀਂ ਕੀਤਾ, ਆਊਗੀ ਨੀ ਹੁਣ, ਰੱਖੜੀਆਂ ਨੇ ਗਈਆਂ। ਉਹ ਆਊਗੀ ਤਾਂ ਸਹੀ, ਉਹ ਤਾਂ ਮੇਰੇ ਬਾਪੂ ਨੇ ਐਂ ਕਿਹਾ ਸੀ, ਕਹਿੰਦਾ ਤੂੰ ਤੇ ਸੋਨੀ ਚੱਲ ਜਿਓ ਵੀ ਘਰ ਮੈਂ ਸੰਭਾਲ ਲੂ, ਪਰ ਫਿਰ ਵੀ ਕੋਈ ਨਾ ਲਿਆ ਕੇ ਰੱਖ, ਜੇ ਆਪਾਂ ਗਏ ਫਿਰ ਵੀ ਤਾਂ ਲੈ ਕੇ ਜਾਣਾ ਪਊ, ਦੁਕਾਨ ਵਾਲੇ ਨਾਲ ਮੇਰੀ ਗੱਲ ਕਰਾ ਦੀ, ਮੈਂ ਆਪੀ ਦੱਸ ਦੂੰ ਕਿਹੋ ਜਿਹਾ ਸੂਟ ਲੈਣਾ। ਚੱਲ ਕੋਈ ਨਾ, ਉਹ ਤਾਂ ਮੈਂ ਲਿਆ ਦਿੰਦਾਗਾ, ਤੇ ਮੈਨੂੰ ਲੱਗ ਜਾਣਗੇ ਘੰਟਾ ਦੋ ਘੰਟੇ ਉੱਥੇ, ਠੀਕ ਆ? ਉਹ ਠੀਕ ਆ, ਤੈਨੂੰ ਕਿਹੋ ਜਿਹਾ ਲਿਆ ਕੇ ਦੇਵਾਂ ਸੂਟ? ਮੈਨੂੰ ਅੱਗੇ ਤੁਸੀਂ ਲਿਆ ਕੇ ਦਿੰਦੇ ਫਿਰ ਨਾਲ, ਮੈਂ ਕਹਿੰਦਾ ਤੂੰ ਨਾਲ ਹੀ ਚੱਲ ਪਾ, ਉੱਥੇ ਸਰਬਸਾਲ ਦੇ ਮੋਟਰਸਾਈਕਲ ਖੜਾ ਕੇ ਆਪਾਂ ਬਾਜ਼ਾਰ ਜਾ ਆਵਾਂਗੇ। ਘਰ ਦਾ ਕੰਮ ਕੌਣ ਕਰੂਗਾ? ਪੋਚੇ ਕਿਨੇ ਲਾਉਣੇ ਆ? ਰੱਖੀ ਹੋਈ ਆ ਨਾ ਤੁਹਾਡੀ ਕੰਮ ਵਾਲੀ, ਮੈਂ ਲਵਾ ਦੂੰਗਾ ਜਨਾਬ। ਬਸ ਕਰੋ, ਪੋਚੇ ਲਾ ਦੂੰਗੇ ਤੁਸੀਂ? ਆਹੋ, ਅੱਗੇ ਤਾਂ ਜਿਵੇਂ ਮੈਂ ਕੰਮ ਹੀ ਨੀ ਕਰਾਇਆ ਹੁੰਦਾ, ਭਾਂਡੇ ਮੈਥੋਂ ਮਿਲਾਉਣੀ ਆ, ਝਾੜੂ ਮੈਥੋਂ ਲਵਾਉਣੀ ਆ, ਮੁੰਡੇ ਜੀ ਬਿਮਾਰ ਆ, ਮੈਨੂੰ ਮੋਹ ਕੀ ਹੁੰਦਾ ਗਾ, ਮੈਨੂੰ ਮੋਹ ਆ ਜਾਂਦਾ, ਚੱਲ ਕੋਈ ਨਾ ਕਦੇ ਕਦੇ ਤਾਂ ਚੱਲ ਜਾਂਦਾ। ਫਿਰ ਮੈਂ ਵੀ ਤਾਂ ਰੋਟੀਆਂ ਹਰ ਰੋਜ਼ ਲਾਉਣੀ ਆ। ਤੇ ਫਿਰ ਨਾ ਲਾਇਆ ਕਰ, ਮੈਂ ਭੁੱਖਾ ਲੱਗ ਜਾ ਕਰੂੰ, ਅੱਜ ਲਾ ਹੀ ਨਾ ਵੀ ਗੱਲ ਤੇ ਰਹੀ ਜਾਂਗਾ, ਮੈਂ ਖਾਣੀ ਵੀ ਨਹੀਂ। ਲੈ, ਕਹਿੰਦੇ ਪੰਜਾਬੀਆਂ ਦੀ ਤਾਂ ਇੱਕ ਕਹਾਵਤ ਸੱਚੀ ਹੋਈ ਆ, ਬਿਮਾਰ ਇੱਕ ਜਾਣਾ ਹੁੰਦਾ ਖਿਚੜੀ ਸਾਰਾ ਟੱਬਰ ਖਾਂਦਾ, ਅੱਜ ਬਾਪੂ ਵਾਸਤੇ ਖਿਚੜੀ ਬਣੂਗੀ ਤੇ ਆਪਾਂ ਸਾਰੇ ਖਾਵਾਂਗੇ। ਬਸ ਬਸ, ਮੈਂ ਨੀ ਖਿਚੜੀ ਖਾਣੀ, ਨਾਲੇ ਮੈਨੂੰ ਨੀ ਖਿਚੜੀ ਪਸੰਦ, ਠੀਕ ਆ ਨਾ? ਅੱਜ ਮੈਂ ਜਾਣਾ, ਬਾਏ ਬਾਏ। ਚਲੋ ਦੁਕਾਨ ਤੇ ਜਾ ਕੇ ਗੱਲ ਕਰਾ ਦਿਓ। ਸਤਿ ਸ੍ਰੀ ਅਕਾਲ ਭਾਬੀ। ਸਤਿ ਸ੍ਰੀ ਅਕਾਲ। ਲੈ ਸੋਨੀ ਆਣੀ ਹੈ? ਸੁਪਤ ਬੇਟੀ ਨੇ ਕਿਵੇਂ ਕਾਲ ਨਪਲੀ ਆ ਕੇ? ਕੀ ਗੱਲ ਜਾਣ ਕੇ? ਮੈਂ ਕਿ ਮੇਰੀ ਭਾਬੀ ਨੂੰ ਸਰਪ੍ਰਾਈਜ਼ ਦੇਵਾਂਗੀ। ਅੱਛਾ, ਤੇ ਚੱਲ ਆ ਜਾ, ਇੱਥੇ ਤਾਂ ਧੁੱਪ ਆ ਗਈ, ਆਪਾਂ ਅੰਦਰ ਬੈਨੇ ਆ। ਹਾਂ ਭਾਬੀ, ਅੰਦਰ ਚੱਲਦੇ ਆ। ਤੇ ਹੋਰ ਵੀਰਾ ਠੀਕ ਆ? ਆ ਲੈ ਪਾਣੀ। ਹੋਰ ਭਾਬੀ, ਬਾਪੂ ਕਿਵੇਂ ਆ? ਠੀਕ ਆ, ਬਾਪੂ ਵੀ ਠੀਕ ਆ, ਤੇਰੀ ਭਤੀਜੀ ਸਕੂਲ ਗਈ ਆ, ਤੇਰਾ ਬਾਈ ਮੋਟਰਸਾਈਕਲ ਜਾ ਠੀਕ ਕਰਾਉਣ ਗਿਆ ਹੋਇਆਗਾ। ਫਿਰ ਵੀ ਉਹੀ ਚਾਹ ਰੋਟੀ ਖਾ ਕੇ ਮੁੜ ਜਾਣੀ ਆ, ਉਹ ਤਾਂ ਉੱਥੇ ਵੀ ਹੁੰਦਾ ਹੀ ਹੈਗਾ। ਲੈ ਕੋਈ ਨਾ ਭਾਬੀ, ਫਿਰ ਕੀ ਆ, ਤੁਸੀਂ ਮੈਨੂੰ ਪਿਆਰ ਨਾਲ ਬੁਲਾ ਲੈਣੇ, ਮੈਨੂੰ ਇੰਨਾ ਹੀ ਬਹੁਤ ਹੈਗਾ। ਤੇਰਾ ਵੀ ਇਸ ਘਰ ਚ ਹਿੱਸਾ ਹੈਗਾ, ਤੇਰਾ ਵੀ ਘਰ ਹੈਗਾ, ਪਿਆਰ ਨਾਲ ਬੁਲਾਉਣ ਨੂੰ ਤੂੰ ਕਿਹੜਾ ਬਗਾਨੀ ਹੈਗੀ। ਹਾਂ ਭਾਬੀ, ਤੁਹਾਡਾ ਸੁਭਾਅ ਭਾਬੀ ਬਹੁਤ ਚੰਗਾ ਹੈਗਾ, ਬਸ ਆਪਣੀ ਨਾ ਆਈ ਬਣੀ ਜਾਵੇ, ਦੋਨਾਂ ਦੀ ਨੰਦ ਭਰਜਾਈ ਦੀ। ਓਹੋ, ਮੇਰੀ ਗੱਲ ਸੁਣ, ਰਿਸ਼ਤਾ ਤਾਂ ਸਮਝਣ ਤੇ ਹੁੰਦਾ ਹੈਗਾ, ਠੀਕ ਹੈ ਨਾ? ਕੋਈ ਸਮਝ ਲੈਂਦਾ, ਕੋਈ ਨਾ ਸਮਝ ਹੁੰਦਾ, ਹੁਣ ਮੇਰੇ ਨਾਲ ਵਰਤਣ ਵਾਲਾ ਕੌਣ? ਇੱਕ ਤੂੰ ਹੀ ਤਾਂ ਹੈਗੀ ਹੈਗੀ, ਜੇ ਤੇਰੇ ਨਾਲ ਵੀ ਲੜਾਈ ਝਗੜਾ ਕਰੂੰ ਤੂੰ ਕਿੱਥੇ ਮੇਰੇ ਕੋਲ ਆਵੇਂਗੀ। ਹਾਂ ਸਹੀ ਗੱਲ ਆ ਭਾਬੀ, ਮੈਂ ਕਹਿੰਦੀ ਆ ਸਾਰੀਆਂ ਕੁੜੀਆਂ ਦੀਆਂ ਭਾਬੀਆਂ ਨਾ ਤੁਹਾਡੇ ਵਰਗੀਆਂ ਹੋਣ, ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਹੋ। ਨਾਲੇ ਦੇਖ ਲੈ, ਜਦੋਂ ਕੁਦਰਤ ਬਿਮਾਰ ਹੋ ਗਈ ਸੀਗੀ, ਤੂੰ ਹੀ ਆ ਕੇ ਸਾਰਾ ਘਰ ਬਾਰ ਸੰਭਾਲਿਆ, ਤੇ ਨਹੀਂ ਮੈਨੂੰ ਤਾਂ ਸਿਰ ਖੋਕਣ ਦੀ ਵੇਲ ਨਹੀਂ ਸੀ ਕੱਲੀ ਨੂੰ। ਲੈ ਭਾਬੀ, ਹੋਰ ਹੁਣ ਜੇ ਮੈਂ ਨਹੀਂ ਆਉਂਗੀ ਹੋਰ ਕੌਣ ਆਊਗਾ? ਚੱਲ ਹੋਰ ਦੱਸ, ਤੇਰੇ ਜਵਾਕ ਨੀ ਲੈ ਕੇ ਨਾਲ ਤੋਂ? ਬਸ ਭਾਬੀ ਉਹੀ ਨੀ ਲੈ ਕੇ, ਗਰਮੀ ਜੀ ਸੀ ਤਾਂ ਕਰਕੇ ਨਾ, ਤੇ ਉਹ ਤੇ ਬਾਈ ਵੀ ਨਹੀਂ ਆਇਆ, ਉਹ ਕੰਮ ਤੇ ਸੀਗੇ ਤਾਂ ਕਰਕੇ, ਉਹ ਕਹਿੰਦੇ ਚੱਲ ਕੋਈ ਨਾ, ਕਹਿੰਦੇ ਤੂੰ ਕੱਲੀ ਵਗ ਜਾ। ਮੈਂ ਕੋਈ ਗੱਲ ਨੀ, ਮੈਨੂੰ ਤਾਂ ਇਹ ਹੋ ਗਿਆ ਵੀ ਬਾਈ ਪਤਾ ਨਹੀਂ ਸਾਡੇ ਨਾਲ ਗੁੱਸੇ ਆ। ਤੇ ਹੋਰ ਦੱਸ, ਤੇਰੀ ਸੱਸ ਠੀਕ ਰਹਿੰਦੀ ਹੈ? ਦਵਾਈ ਬੂਟੀ ਜੀ ਚੱਲਦੀ ਸੀ ਉਹਦੀ? ਹਾਂ ਭਾਬੀ, ਹੁਣ ਤਾਂ ਠੀਕ ਰਹਿੰਦੀ ਹੈਗੀ ਮੇਰੀ ਸੱਸ, ਵਧੀਆ। ਤੇ ਨਾਲੇ ਤੇਰਾ ਬਾਈ, ਉਹ ਤਾਂ ਕਹਿੰਦਾ ਗਾ ਕੋਈ ਗੱਲ ਨੀ ਤੂੰ ਕੱਲੀ ਚੱਲ ਜਾ,
ਤੇ ਉਹਨੂੰ ਕੰਮ ਜ਼ਰੂਰੀ ਸੀਗਾ, ਨਹੀਂ ਤਾਂ ਮੇਰੇ ਨਾਲ ਹੀ ਆ ਜਾਂਦਾ। ਗੁੱਸੇ ਗੱਸੇ ਵਾਲੀ ਕੋਈ ਗੱਲ ਨਹੀਂ ਹੈਗੀ। ਬਾਪੂ ਜੀ ਨੇ ਇਸ ਵਾਰ ਕਹਿੰਦੇ ਸੀਗੇ, ਕਹਿੰਦੇ ਨਾਲੇ ਤਾਂ ਕਹਿੰਦੇ ਉੱਥੇ ਜਾ ਰਹੇ ਹੋ ਤੁਸੀਂ, ਪਤਾ ਲਿਆਇਓ ਵੀ ਮੈਂ ਘਰੇ ਰਹਿ ਪਊਂਗਾ, ਘਰ ਸਾਂਭਲੋ ਤੁਸੀਂ ਤੇ ਸਨੀ ਚੱਲ ਜਿਓ। ਅੱਛਾ ਭਾਬੀ ਤੁਸੀਂ ਸਾਡੇ ਕੋਲ ਆਉਣਾ ਸੀਗਾ? ਹਾਂ ਤੁਹਾਡੇ ਕੋਲ ਆਉਣਾ ਸੀਗਾ, ਕਿਉਂਕਿ ਤੇਰਾ ਆਉਣਾ ਜ਼ਰੂਰੀ ਹੁੰਦਾ, ਨਾਲੇ ਤੈਨੂੰ ਮਿਲਣਾ ਜ਼ਰੂਰੀ ਹੁੰਦਾ। ਮੇਰੇ ਤਾਂ ਤੈਨੂੰ ਪਤਾ ਆਉਣਾ ਜਾਣਾ ਲੱਗੇ ਹੀ ਰਹਿੰਦਾ, ਉੱਧਰ ਨਾਲੇ ਦਵਾਈ ਲਿਆਉਣੇ ਹੁੰਦੇ, ਨਾਲੇ ਪੇਕੀ ਮਿਲੇ ਆਉਣੇ ਆਗੇ। ਹਾਂ ਭਾਬੀ ਤੁਹਾਨੂੰ ਤਾਂ ਉੱਧਰ ਨੇੜੇ ਪੈਂਦਾ। ਹੋਰ ਤੇ ਬਾਕੀ ਹੋਰ ਦੱਸ। ਬਸ ਯਾਰ ਆ ਤਾਂ ਤੂੰ ਵਧੀਆ ਕੀਤਾ ਹਨਾ, ਨਾਲੇ ਤੇਰਾ ਬਾਈ ਹੁਣ, ਪਹਿਲਾਂ ਮੈਂ ਜਾਂਦੀ ਸੂਟ ਸਾਟ ਲੈਣ, ਮੈਂ ਪਤਾ ਨੀ ਕਿਹੋ ਜਿਹਾ ਲਿਆਉਂਦੀ, ਹੁਣ ਤੇਰੇ ਵੀਰੇ ਨੂੰ ਕਹਿ ਦੀ ਦੁਕਾਨ ਤੇ ਕਰਦੀ ਫੋਨ, ਜਿੰਨਾ ਮਰਜ਼ੀ ਮੰਗਾ ਲਈ। ਹਾਂ ਕੋਈ ਨਾ ਭਾਬੀ, ਵੈਸੇ ਵੀ ਜੇ ਮੈਂ ਨਾ ਵੀ ਕਿਹਾ ਤਾਂ ਵੀਰਾ ਤਾਂ ਵੀ ਲੈ ਕੇ ਆਊਗਾ, ਉਹ ਤਾਂ ਹੈਗੀ ਹੈ ਗੱਲ, ਕਿਉਂਕਿ ਹੁਣ ਬਾਪੂ ਜੀ ਵੀ ਕਹਿ ਦਿੰਦੇ ਭਾਈ ਮੇਰੇ ਤੋਂ ਤਕਵੀਲਦਾਰੀ ਸਮਝੀ ਨੀ, ਵੀ ਸਨੀ ਤੂੰ ਸੰਭਾਲ, ਬਾਪੂ ਨੇ ਤਾਂ ਇੰਨਾ ਬੋਝ ਸਿੱਟ ਰੱਖਿਆ ਸਾਡੇ ਤੇ, ਜੇ ਬਾਪੂ ਜੀ ਲੈਣ ਦੇਣ ਕਰੀ ਜਾਣ ਤਾਂ ਕੋਈ ਰੌਲਾ ਹੀ ਨੀ ਹੈਗਾ, ਕਿਉਂਕਿ ਹੁਣ ਬਾਪੂ ਤਾਂ ਪਿੰਡ ਚ ਵੱਧ ਜਾਂਦਾ ਆਉਂਦਾ, ਜੇ ਕੋਈ ਬਾਹਰ ਚਾ ਕੇ ਖੜਦਾ ਫਿਰ ਆਪ ਨੂੰ ਓਪਰਾ ਜੇ ਲੱਗਦਾ ਗਾ। ਐ ਆ ਭਾਬੀ ਹੁਣ ਵਧੀਆ ਚੰਗੀ ਗੱਲ ਹੈਗੀ, ਵਧੀਆ ਤੁਹਾਡੇ ਤੇ ਸਾਰੀ ਕਬੀਲਦਾਰੀ ਸਿੜਤੀ, ਨਾਲੇ ਹੁਣ ਸਨੀ ਵੀਰੇ ਨੂੰ ਵੀ ਪਤਾ ਲੱਗ ਜੂ ਕਬੀਲਦਾਰੀ ਦਾ, ਪਹਿਲਾਂ ਇਹ ਆਈ ਫਿਰਦਾ ਰਹਿੰਦਾ ਸੀ ਬਾਪੂ ਦੇ ਸਿਰ ਤੇ ਛੱਡੀ। ਚੱਲ ਕੋਈ ਨਹੀਂ ਮੇਰੀ ਗੱਲ ਸੁਣ, ਮੈਂ ਤੇਰੇ ਬਾਈ ਨੂੰ ਫੋਨ ਕਰਦੀ ਹੈਗੀ, ਸਮਾਨ ਸਮੂਨ ਲਿਆ ਉਹ ਨਾਲੇ ਘਰੇ ਆ ਜਾਊਗਾ। ਹਾਂ ਭਾਬੀ ਫੋਨ ਕਰ ਦਿਓ ਤੁਸੀਂ ਵੀਰੇ ਨੂੰ। ਹਾਂ ਭਾਬੀ ਕਿੰਨੀ ਚੰਗੀ ਆ ਸੱਚੀ, ਜਮੀ ਨਹੀਂ ਕੁਛ ਵੀ ਯਾਦ ਆਉਂਦਾ ਹੈਗਾ, ਆਪਦੀ ਮਾਂ ਤਾਂ ਕਦੇ ਮੇਰੇ ਯਾਦ ਹੀ ਨਹੀਂ ਆਉਣ ਦਿੱਤੀ, ਭਾਬੀ ਨੇ ਜਮਾ ਮਾਮਾ ਵਾਲਾ ਪਿਆਰ ਦਿੰਦੀ ਹੈ ਮੈਨੂੰ। ਲਓ ਬੱਲੇ 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 ਵੀਰਾ ਆ ਗਿਆ ਸਾਡੀ ਬਾਂਗਰੀ। ਸਤਿ ਸ਼੍ਰੀ ਅਕਾਲ ਵੀਰੇ, ਹੋਰ ਕਿਵੇਂ ਹੋ? ਸਤਿ ਸ਼੍ਰੀ ਅਕਾਲ, ਤਾਂ ਠੀਕ ਆ, ਹੋਰ ਕੈਮ ਆ? ਹਾਂ ਵਧੀਆ ਠੀਕ। ਜੀਜਾ ਜੀ ਠੀਕ ਸੀਗੇ? ਹਾਂ ਵਧੀਆ, ਹੁਣ ਤਾਂ ਹਰਕਤਾਂ ਛੱਡ ਦਿਆ ਕਰ। ਕਿਉਂ ਬਾਂਦਰੀ ਤਾਂ ਬਾਂਦਰ ਨੂੰ ਯਾਰ, ਮੈਂ ਲੱਗਣਾ ਲੱਭਣਾ ਸੀ ਤੇਰੇ ਵਾਸਤੇ। ਤੂੰ ਵੀ ਬਾਂਦਰੀ ਆਗਾ, ਤੇਰੀ ਬਹੂ ਵੀ ਮੈਂ ਸੋਚਿਆ ਸੀ ਨਾ ਵੀ ਕਾਮੜੀ ਜਿਹਾ ਪਰ ਬਹੁਤ ਸਿਆਣੀ ਆਈ ਆ। ਚਾਹ ਪਾਣੀ ਪੀ ਲਿਆ? ਹਾਂ ਵੀਰੇ ਚਾਹ ਪਾਣੀ ਮੈਂ ਪੀ ਲਿਆ, ਤੇ ਬਸ ਹੁਣ ਤੇਰੇ ਰੱਖੜੀ ਬੰਨਣੀ ਆ। 50 ਰੁਪਏ ਦਾ ਸੂਟ ਲਿਆ ਮੈਂ ਤੈਨੂੰ ਹਨਾ। ਚੱਲ ਕੋਈ ਨਾ ਵੀਰੇ, ਤੂੰ 50 ਵਾਲਾ ਹੀ ਲਿਆ ਦੇ ਮੈਨੂੰ, ਮੈਨੂੰ ਉਹੀ ਬਹੁਤ ਆ, ਮੈਨੂੰ ਤਾਂ ਉਹੀ ਮਹਿੰਗਾ ਲੱਗੂਗਾ ਜਿਹੜਾ ਤੂੰ ਪਿਆਰ ਨਾਲ ਲਿਆ ਕੇ ਦੇਵੇਂਗਾ। ਅੱਛਾ ਹਾਂ ਕੋਈ ਨਾ, ਫਿਰ 2000 ਵਾਲਾ ਲਿਆ ਦਿੰਦਾ। ਮੈਨੂੰ ਪਤਾ ਨੀ ਸੀ ਤੂੰ ਆਈ ਬੈਠੀ ਹੋਏਗੀ, ਮੈਂ ਕਿਹਾ ਚੱਲ ਮੈਂ ਰੋਟੀ ਨੂੰ ਕਹਿ ਕੇ ਜਾਵਾਂਗਾ, ਰੋਟੀ ਖਾ ਲਾ ਮੈਂ ਤੇ। ਚੱਲ ਕੋਈ ਨਾ ਵੀਰੇ, ਤੁਸੀਂ ਜਾ ਰੱਖੜੀ ਬਣਾ ਲਓ ਪਹਿਲਾਂ ਹੀ, ਮੈਂ ਤੁਹਾਨੂੰ ਨਹੀਂ ਭਾਈ, ਪਹਿਲਾਂ ਮੈਂ ਸੂਟ ਲੈ ਕੇ ਆਊਂਗਾ, 1000 ਰੁਪਇਆ ਦਊਂਗਾ ਉਹਦੀ ਭੈਣ ਨੂੰ, ਫੇਰ ਕੋਈ ਰੱਖੜੀ ਬਣਾਵਾਂਗੇ। ਵੀਰੇ ਤੂੰ ਮੈਨੂੰ ਕੁਛ ਵੀ ਨਾ ਦੇ ਠੀਕ ਆ, ਮੈਨੂੰ ਕੁਛ ਨਹੀਂ ਚਾਹੀਦਾ, ਬਸ ਮੈਨੂੰ ਤੇਰਾ ਪਿਆਰ ਚਾਹੀਦਾ ਵੀਰੇ। ਚੱਲ ਠੀਕ ਆ, ਪਿਆਰ ਚਾਹੀਦਾ? ਹਾਂ ਪਿਆਰ ਵੀ ਮਿਲ ਜੂਗਾ। ਚੱਲ ਕੋਈ ਨਾ, ਹੈ ਤਾਂ ਤੂੰ ਭੁੱਖ ਗਈ ਆ, ਪਰ ਲਾ ਦਿੰਦਾ 2-3 ਹਜ਼ਾਰ ਰੁਪਇਆ, ਕਿੱਡੀ ਕੁ ਗੱਲ ਆ। ਚੱਲ ਕੋਈ ਨਾ ਫਿਰ, ਆ ਗਾ ਤੂੰ ਕਰਦਾ ਨਾ ਦੇਖੀ ਵੀਰੇ, ਤੂੰ ਬਾਹਰ ਦੀਆਂ ਗੱਲਾਂ ਕਰਨ ਲੱਗ ਗਿਆ। ਹੈ ਤਾਂ ਤੂੰ ਬੇਈਮਾਨੀ ਆ। ਚੱਲ ਕੋਈ ਨਾ, ਹਾਏ ਦੇਖੀ ਕੀ ਬੇਈਮਾਨੀ ਕੀਤਾ, ਬਾਪੂ ਨੂੰ ਦੱਸਦੀ ਆ ਫਿਰ। ਤੇਰੇ ਘਰ ਵਾਲਾ ਵੀ ਬੇਈਮਾਨ ਆ, ਉਹਨੂੰ ਜਿਹੜਾ ਕੁਝ ਮਰਜ਼ੀ ਕਹੀ। ਚੱਲ ਨਾ ਉਹਨੂੰ ਨਾ ਕਹੀ, ਨਾਲੇ ਹਾਂ ਆਪ ਵੀ ਕਹਿਣਾ ਹੁਣ ਵੀ ਕੰਮੋ ਨੂੰ ਨਾ ਕੁਛ ਕਿਹਾ ਕਰ, ਮੈਂ ਦੇਖ ਲਾ ਭਾਬੀ ਨੂੰ ਕਿੰਨਾ ਵਧੀਆ ਰਹਾ। ਫਿਰ ਮੇਰਾ ਤਾਂ ਉਹ ਫੋਨ ਵੀ ਨਹੀਂ ਚੱਕਦਾ, ਕੰਮੋ ਨੂੰ ਤੂੰ ਕਹਿ ਕੇ ਵੇਖ। ਚਾਹ ਪਾਣੀ ਪੀ ਲਿਆ, ਰੋਟੀ ਖਾ ਲਈ? ਪੱਕਾ? ਪੱਕਾ। ਚੱਲ ਮੈਂ ਹੁਣ ਸੂਟ ਲੈ ਕੇ ਆਵਾਂ। ਹਾਂ ਚੱਲ ਮੈਂ ਜਾਣਾ, ਠੀਕ ਆ। ਚੰਗਾ ਓਕੇ ਵੀਰੇ, ਰੋਟੀ ਨਾ ਮੈਨੂੰ ਸੱਚੀ ਸਵਾਦ ਨਹੀਂ ਲੱਗੀ, ਆਪਾਂ ਇਕੱਠੇ ਰੋਟੀ ਖਾਂਦੇ ਹੁੰਦੇ ਸੀ ਪਹਿਲਾਂ। ਚੱਲ ਫਿਰ ਰੋਟੀ ਆ ਪਾ ਕੇ ਖਾਂਦੇ ਆ, ਮੇਰੀ ਵੇਟ ਕਰ ਤੂੰ। ਓਕੇ ਠੀਕ ਹੈ ਵੀਰੇ, ਠੀਕ ਆ ਨਾ। ਚੰਗਾ ਧਿਆਨ ਨਾਲ ਜਾਈ।
ਓਕੇ ਓਕੇ ਧਿਆਨ ਨਾਲ ਕਿਹੜਾ ਹੁਣੀ ਮੋਟਰਸਾਈਕਲ ਦੀ ਸਰਵਿਸ ਕਰਾ ਕੇ ਆਉਣਾ ਲਿਆ ਕੇ ਮੈਂ ਉੱਥੋਂ ਬਾਜ਼ਾਰ ਤੋਂ ਸੂਟ ਆ ਜਾਣਾ ਠੀਕ ਹੈ ਵੀਰੇ ਚੰਗਾ ਠੀਕ ਹੈ 2000 ਵਾਲਾ ਲਿਆ ਦਾ ਜਿਹੋ ਜਿਹਾ ਮਰਜ਼ੀ ਲਿਆ ਦੀ ਵੀਰੇ ਜਾ ਕੇ ਵੀਡੀਓ ਕਾਲ ਕਰੂੰ ਤੁਹਾਨੂੰ ਮੈਂ ਠੀਕ ਹੈ ਵੈਸੇ ਵੀ ਨਾਲੇ ਜਦੋਂ ਤੁਸੀਂ ਸੂਟ ਲੈ ਕੇ ਆਉਣਾ ਨਾ ਮੈਨੂੰ ਪਤਾ ਵੀ ਤੁਸੀਂ ਬਹੁਤ ਵਧੀਆ ਲੈ ਕੇ ਆਉਣੇ ਹੋ ਠੀਕ ਹੈ ਪੈਸੇ ਲੈਣਾ ਕਿ ਸੂਟ ਲੈਣਾ ਚਲ ਕੋਈ ਨਾ ਤੁਸੀਂ ਸੂਟ ਹੀ ਲਿਆਓ ਪੱਕਾ ਹਾਂ ਬਸ ਠੀਕ ਤੁਹਾਨੂੰ ਕਲਰ ਦਾ ਪਤਾ ਨਾ ਮੇਰੇ ਕਿਹੜਾ ਪਸੰਦ ਹੈ ਬਸ ਮੈਂ ਆਪੇ ਲੈ ਕੇ ਦਊਂਗਾ ਠੀਕ ਹੈ ਮੇਰੇ ਪਸੰਦ ਦਾ ਪਾਉਣਾ ਅੜੀ ਮੈਂ ਜਿਹੋ ਜਿਹਾ ਮਰਜ਼ੀ ਲਿਆ ਦਾ ਚਲ ਠੀਕ ਹੈ ਤੁਹਾਡੀ ਪਸੰਦ ਦਾ ਓਕੇ ਪੱਕਾ ਚਲ ਠੀਕ ਹੈ ਮੈਂ ਲੈ ਕੇ ਠੀਕ ਹੈ ਹਾਏ ਵੀਰਾ ਅੱਜ ਵੀ ਕਿੰਨਾ ਵਧੀਆ ਸਮਝਦਾ ਪਹਿਲਾਂ ਤਾਂ ਛੋਟੇ ਹੁੰਦੇ ਸੀ ਲੜਦੇ ਰਹਿੰਦੇ ਸੀ ਹੁਣ ਦੇਖ ਲਾ ਕਿੰਨਾ ਵਧੀਆ ਲੱਗਦਾ ਗਾ ਕਿੰਨੇ ਟਾਈਮ ਬਾਅਦ ਆਉਂਦੀ ਹਾਂ ਮੈਂ ਸਾਲ ਬਾਅਦ ਉਹ ਆਈ ਹਾਂ ਹੁਣ ਬਾਪੂ ਆ ਰਿਹਾ ਅੱਛਾ ਕੁਦਰਤ ਨੂੰ ਲੈ ਕੇ ਆਇਆ ਹੋਊਗਾ ਸਕੂਲ ਚੋਂ ਉਹਨੂੰ ਪਤਾ ਨਹੀਂ ਵੀ ਸੋਨੀ ਆ ਰਹੀ ਆ ਚੱਲ ਬਾਪੂ ਨੂੰ ਵੀ ਮਿਲ ਲੈਂਦੀ ਹਾਂ ਚੱਲ ਪੁੱਤ ਕੱਪੜੇ ਪਵਾ ਲਾ ਤੂੰ ਆਏ ਹੋਏ ਓ ਲੈ ਸੋਨੀ ਪੁੱਤ ਕਿਵੇਂ ਬਾਪੂ ਫੋਨ ਫੂਨ ਕੀਤਾ ਜੀ ਪੁੱਤ ਤੂੰ ਲੈ ਬਾਪੂ ਆਪਦੇ ਘਰੇ ਆਉਣਾ ਗਾ ਫੋਨ ਕਰਨ ਨੂੰ ਦੱਸ ਕੀ ਹੁੰਦਾ ਸੀਗਾ ਲੈ ਪੁੱਤ ਮਾੜਾ ਮਾੜਾ ਫੋਨ ਤੇ ਕਰ ਦਿੰਦਾ ਤੁਸੀਂ ਕਿਹੜਾ ਕਿਤੇ ਜਾਣਾ ਤੁਹਾਨੂੰ ਪਤਾ ਹੀ ਹੈ ਉਹ ਜਾਣਾ ਨਹੀਂ ਮੈਂ ਜਾਣਾ ਸੀ ਅੱਜ ਉਹ ਤਾਂ ਕੁਦਰਤ ਕਰਕੇ ਰਹਿ ਗਿਆ ਉਹ ਸਕੂਲੋਂ ਮੈਂ ਲੈ ਕੇ ਆਉਣਾ ਨਾ ਕੁਦਰਤ ਅੱਛਾ ਕੱਪੜੇ ਬਦਲ ਕੱਪੜੇ ਬਦਲਣ ਬਾਗੀ ਵਰਦੀਆਂ ਬਦਲ ਲੈ ਮੇਰਾ ਚੱਕੀ ਗਾ ਮੈਲੇ ਕਰ ਦਿੰਦੀ ਹੈ ਤੇ ਲਿਬੜੀ ਜਾਂਦੀ ਰਹਿੰਦੀ ਹੈ ਨਿਆਣੀ ਆ ਬਾਪੂ ਹਜੇ ਉਹ ਚਲ ਕੋਈ ਗੱਲ ਨਹੀਂ ਨਿਆਣੀ ਤਾਂ ਹੀ ਆ ਮੈਂ ਕਰੋ ਬਾਗੀ ਬਾਪੂ ਤੇ ਇੱਕ ਹੋਰ ਆ ਗਈ ਸੋਨੀ ਹੈ ਇਹਦਾ ਨਾਮ ਰੱਖ ਤਾ ਆਪਾਂ ਕੁਦਰਤ ਚਾ ਕੋਈ ਗੱਲ ਨਹੀਂ ਪੁੱਤ ਹੋਰ ਦੱਸ ਤੇਰੀ ਸੱਸ ਠੀਕ ਹੈ ਹਾਂ ਬਾਪੂ ਵਧੀਆ ਹੈਗੀ ਤੁਸੀਂ ਕੀ ਪੁੱਛਦੇ ਹੋਗੇ ਮੇਰੀ ਸੱਸ ਨੂੰ ਲੈ ਹੋਰ ਤੇਰੀ ਸੱਸ ਹੀ ਪੁੱਛੂਗਾ ਕਿ ਲੜਦੇ ਆ ਸੱਸਾਂ ਹੀ ਹੁੰਦੀਆਂ ਵੱਧ ਆਹੋ ਬਾਪੂ ਮੈਨੂੰ ਪਤਾ ਹੀ ਆ ਜਦੋਂ ਆਉਂਦੀ ਹੁੰਦੀ ਆ ਉਹਦੇ ਕੋਲ ਹੀ ਬੈਠੇ ਰਹਿੰਦੇ ਤੁਸੀਂ ਮਾਰਦੇ ਹੁੰਦੇ ਹੋ ਪੁੱਤ ਤੂੰ ਕਹੇ ਜੇ ਗੱਲ ਕਰ ਤੇ ਤੇਰਾ ਸਾਰਾ ਤੈਨੂੰ ਪਤਾ ਇਹ ਹੈ ਹੀ ਨਹੀਂ ਹੈ ਉਹਦਾ ਤਾਂ ਕੀ ਪੁੱਛਣਾ ਨਾਲ ਨਾ ਐਂ ਕਹਿੰਦੀ ਹੁੰਦੀ ਆ ਸੋਨੀ ਪੁੱਤ ਕਹਿੰਦੀ ਤੇਰਾ ਬਾਪੂ ਬਾਲਾ ਵਧੀਆ ਗੱਲਾਂ ਵਾਲੀਆਂ ਸੁਣਾਉਂਦਾ ਹੁੰਦਾ ਗਾ ਲੈ ਪੁੱਤ ਪਰ ਗੱਲਾਂ ਹੋਰ ਕਿਤੇ ਨਾ ਗਾ ਉਹ ਆ ਜਾਂਦੇ ਵਿਚਾਰੇ ਚਾਰ ਗੱਲਾਂ ਕਰ ਲੈ ਉਹ ਸਿਆਣੀ ਆ ਲੜਦੀ ਲੁੜਦੀ ਨਹੀਂ ਬਹੁਤ ਸਿਆਣੀ ਗੱਲਾਂ ਕਰਦੀ ਹੈ ਤੇਰੀ ਸੱਸ ਬਹਾਨੇ ਦੇ ਨਾਲ ਯਾਦ ਕਰਦੀ ਹੁੰਦੀ ਆ ਸੋਨੀ ਤੇਰਾ ਬਾਪੂ ਕੁੜੇ ਆਇਆ ਹੀ ਨਹੀਂ ਹੈਗਾ ਪਤਾ ਲੈਣ ਹਜੇ ਅੱਗੇ ਤਾਂ ਉਹਦੀ ਗੇੜਾ ਮਾਰ ਲੈਂਦਾ ਸੀ ਪੁੱਤ ਹੁਣ ਕਿਵੇਂ ਗਿਲਦਾਰ ਹੋ ਗਿਆ ਮੈਂ ਤਾਂ ਐਸੀ ਮੁੰਡਾ ਵਿਆਹ ਕੇ ਵਿਹਲਾ ਹੋ ਜਾਊਗਾ ਘੁੰਮਦਾ ਫਿਰਿਆ ਕਰੂੰਗਾ ਪਰ ਕਦੋਂ ਲੈ ਜੇ ਵੱਧ ਕਬੀਲਦਾਰੀ ਪਈ ਹੁਣ ਲੈ ਪੋਤੀ ਹੋ ਗਈ ਲੈ ਪੋਤੀ ਦੀ ਜ਼ਿੰਮੇਵਾਰੀ ਤੜਕੇ ਸਕੂਲ ਛੱਡ ਕੇ ਆਉਣਾ ਫਿਰ ਲੈ ਕੇ ਆਉਣਾ ਬਾਰੀ ਜ਼ਿੰਮੇਵਾਰੀ ਵੱਧ ਗਈ ਪੁੱਤ ਚੱਲ ਕੋਈ ਨਾ ਬਾਪੂ ਹੁਣ ਸਨੀ ਨੇ ਵੀ ਕਬੀਲਦਾਰੀ ਤਾਂ ਚੱਕ ਹੀ ਰੱਖੀ ਆ ਤੇ ਵੀਰਾ ਸੱਚ ਨਾ ਮੇਰੇ ਲਈ ਨਾ ਸੂਟ ਲੈਣ ਗਿਆ ਸੀਗਾ ਕਹਿੰਦਾ ਮੇਰੀ ਪਸੰਦ ਦਾ ਸੂਟ ਪਾਉਣਾ ਪੈਣਾ ਤੂੰ ਐ ਤੇ ਕੀ ਲੈ ਫਿਰ ਕੱਪੜੇ ਲਵੇੜਨ ਲੱਗ ਗਈ ਲੈ ਬਾਲੀ ਸ਼ਰਾਬ ਲੈ ਕੁਦਰਤ ਲੈ ਉਹ ਦੇ ਉਹ ਨਾ ਪੁੱਤਾ ਸੰਗੀਤ ਨਹੀਂ ਉਹ ਤੇਰੀ ਭੂਆ ਹੀ ਆ ਰੇ ਆ ਆਇਆ ਮੇਰਾ ਪੁੱਤ ਚੱਲ ਕੋਈ ਨਾ ਖੇਡ ਲੈਂਦੇ ਆਇਆ ਪੁੱਤ ਰੇ ਲੈ ਸੰਗਦੀ ਰਹਿ ਆਉਂਦੀ ਨਹੀਂ ਹੈਗੀ ਚੱਲ ਕੋਈ ਗੱਲ ਨਹੀਂ ਚੱਲ ਕੋਈ ਨਾ ਚਾ ਖੇਡ ਲੈ ਚੱਲ ਤੁਰਾਤੀ ਐ ਤੂੰ ਕਿਹੜਾ ਜਾਣਾ ਜੇ ਬਾਪੂ ਮੇਰੀ ਗੱਲ ਸੁਣੀ ਹਾਂ ਮੈਂ ਐ ਕਹਿੰਦੀ ਸੀ ਤੁਹਾਨੂੰ ਹਾਂ ਉਹ ਆ ਵੀਰੇ ਦਾ ਹੀ ਨਾ ਫੋਨ ਹੋਵੇ ਸੱਚ ਖੜਦਾ ਉਹ ਕਹਿੰਦਾ ਸੀ ਮੈਂ ਵੀਡੀਓ ਕਾਲ ਲਾਉਂਗਾ ਫੋਨ ਤੋਂ ਉਹਦੇ ਹੀ ਆਈ ਜਾਂਦਾ ਹੈਲੋ ਹਾਂ ਪੁੱਤ ਹੈਲੋ ਹਾਂ ਪੁੱਤ ਕੌਣ ਉਹ ਬਈ ਮੈਂ ਨਾ ਇੱਥੋਂ ਬੋਲਦਾ ਹਸਪੀਟਲ ਚੋਂ ਹਾਂਜੀ ਸੁਡੇ ਮੁੰਡੇ ਦੀ ਮੌਤ ਹੋ ਗਈ ਐਕਸੀਡੈਂਟ ਹੋ ਗਿਆ ਸੀ ਟਰੱਕ ਚੜ੍ਹਦਾ ਕੀ ਬਈ ਉਹ ਬਈ ਗਲਤ ਫਹਿਮੀ ਆ ਗਲਤ ਫਹਿਮੀ ਆ ਬਈ ਤੈਨੂੰ ਉਹ ਨਹੀਂ ਬਈ ਬਾਪੂ ਕੀ ਹੋ ਗਿਆ ਸੁਡੇ ਮੁੰਡੇ ਦਾ ਸੰਦੀਪ ਸਿੰਘ ਹੀ ਹੈ ਬਾਪੂ ਹਾਏ ਬਾਪੂ ਕੀ ਹੋ ਗਿਆ ਭਾਬੀ ਭਾਬੀ ਕੀ ਹੋ ਗਿਆ ਉਹ ਕਾਲ ਕੀਤਾ ਆਇਆ ਸੀ ਬਾਪੂ ਕੀ ਹੋ ਗਿਆ ਬਾਪੂ ਕਿਹਦਾ ਫੋਨ ਆਇਆ ਸੀ ਬਾਪੂ ਕੀ ਹੋ ਗਿਆ ਬਾਪੂ ਕੀ ਹੋ ਗਿਆ ਦੱਸ ਤੋ
ਵੀਰਾ ਕੀ ਹੋਇਆ ਸਾਰੀ ਨੂੰ ਵੀਰੇ ਨੂੰ ਕੀ ਹੋ ਗਿਆ ਉਹ ਟੁੱਕ ਸੀ ਟੁੱਕ ਗਿਆ ਆਏ ਬਾਬਾ ਆਏ ਬਾਬੀ ਵੀਰੇ ਨੂੰ ਕੀ ਹੋਇਆ ਮਰ ਗਿਆ ਸਾਰਾ ਕਰੋ ਕਰੋ ਸਾਰੇ ਉੱਠ ਗਿਆ ਬਾਪੂ ਨੂੰ ਵੀਰੇ ਨੂੰ ਦੇਖਣਾ ਰੋਟੀ ਪਕਾਵਾਂ ਕਿ ਨਾ ਪਕਾਵਾਂ ਕਿੰਨਾ ਟਾਈਮ ਹੋ ਗਿਆ ਸੋਨੀ ਨੂੰ ਗਈ ਨੂੰ ਉਹ ਤਾਂ ਇੰਨਾ ਟਾਈਮ ਕਿਤੇ ਰੁਕਦੀ ਨੀ ਹੁੰਦੀ ਗੀ ਕਿਸੇ ਨੇ ਰੋਕ ਨਾ ਲਈ ਹੋਵੇ ਨਹੀਂ ਨਹੀਂ ਆਏ ਉਹ ਕਿਸੇ ਕੋਲ ਖੜਦੀ ਵੀ ਨਹੀਂ ਜਾ ਕੇ ਦੇਖਦੀ ਦਿਲ ਜਾਂ ਮੇਰਾ ਵੀ ਕਾਲਾ ਜਿਹਾ ਪਈ ਜਾਂਦਾ ਪਤਾ ਨੀ ਕੀ ਗੱਲ ਨਹੀਂ ਜਾਵਾਂ ਮਨਾ ਹਰਬਾ ਕੀ ਇੱਥੇ ਬੈਠੀ ਹੈਗੀ ਕਮਲੀਏ ਸੋਨੀ ਕੀ ਹੋਇਆ ਇੱਥੇ ਬੈਠੀ ਉੱਠ ਭਾਬੀ ਭਾਬੀ ਉੱਠ ਉੱਠ ਜਾ ਕਮਲੀ ਇੱਥੇ ਬੈਠੀ ਹੈਗੀ ਆ ਜਾ ਘਰੇ ਚੱਲ ਕਿਉਂ ਰੋਈ ਜਾਨੀ ਆ ਲੈ ਨਾ ਤਾਂ ਕੁਛ ਬੋਲਦੀ ਹੈਗੀ ਬੋਲੇਗੀ ਵੀ ਕੌਣ ਨਹੀਂ ਲੈ ਮੈਨੂੰ ਗੱਲ ਦੱਸ ਕੀ ਹੋਈ ਹੈਗੀ ਕਿਉਂ ਉੱਥੇ ਡਿੱਗੀ ਪਈ ਸੀਗੀ ਕੀ ਗੱਲ ਹੋ ਗਈ ਨਾਲੇ ਤੂੰ ਤਾਂ ਪਰਸ ਪੁਰਸ ਲੈ ਕੇ ਗਈ ਸੀਗੀ ਕਿੱਥੇ ਹੈਗਾ ਕਿਉਂ ਜਾਂਦੀ ਕਿਉਂ ਨਾਲੇ ਲੱਕੀ ਤਾਂ ਤੇਰੇ ਕੋਲ ਤੇਰੇ ਸੋਹਰੀ ਵੀ ਜਾ ਕੇ ਆਉਂਦਾ ਗਾ ਗੱਲ ਕੀ ਹੋ ਗਈ ਮੈਨੂੰ ਖੁੱਲ ਕੇ ਦੱਸ ਲੱਕੀ ਕੁਛ ਬੋਲਿਆ ਤੈਨੂੰ ਮੈਂ ਗੱਲ ਕਰੂੰਗੀ ਜਦੋਂ ਆਇਆ ਨਹੀਂ ਭਾਬੀ ਮੈਨੂੰ ਲੱਕੀ ਵੀਰੇ ਨੇ ਕੁਛ ਨੀ ਕਿਹਾ ਪਰ ਹਰੀਤ ਭਾਬੀ ਬਹੁਤ ਕੁਛ ਬੋਲਦੀ ਸੀਗੀ ਮੇਰੇ ਸਾਹਮਣੇ ਨੀ ਭਾਬੀ ਮੈਂ ਰਸੋਈ ਚ ਪਲੇਟ ਲੈਣ ਚਲੀ ਗਈ ਤੇ ਮੈਨੂੰ ਉਹਨੇ ਪਾਣੀ ਦੇ ਘੁੱਟੇ ਵੀ ਨੀ ਦਿੱਤੇ ਆਉਂਦੀ ਨੂੰ ਤੇ ਜਦੋਂ ਮੈਂ ਪਲੇਟ ਲੈ ਕੇ ਅੰਦਰ ਆਉਣ ਲੱਗੀ ਨਾ ਮੈਨੂੰ ਬਾਹਰ ਦੇ ਵਿੱਚ ਉਹਨਾਂ ਦੀ ਆਵਾਜ਼ ਸੁਣ ਗਈ ਭਾਬੀ ਬਹੁਤ ਕੁਛ ਬੋਲਦੀ ਕਹਿੰਦੀ ਕਹਿੰਦੀ 50 ਰੁਪਏ ਦੀ ਰੱਖੜੀ ਲੈ ਕੇ ਆ ਜਾਂਦੀ ਆ ਤੇ 2-2 ਹਜ਼ਾਰ ਦੇ ਸੂਟ ਲੈ ਜਾਂਦੀ ਆ ਇਹ ਤਾਂ ਰੁਪਏ ਲੈਣ ਆਉਂਦੀ ਆ ਤੇ ਨਾਲੇ ਕਹਿੰਦੀ ਲੱਡੂ ਜੇ ਬੇਕਾਰ ਲੈ ਆਉਂਦੀ ਹੈਗੀ ਤੇ ਹੋਰ ਭਾਬੀ ਮੈਨੂੰ ਕਿਸੇ ਗੱਲ ਦਾ ਦੁੱਖ ਨਹੀਂ ਪਰ ਜਦੋਂ ਮੈਨੂੰ ਉਹਨੇ ਆਹ ਗੱਲ ਕਹੀ ਨਾ ਇਹਨੇ ਤਾਂ ਕਹਿੰਦੀ ਰੱਖੜੀ ਵਾਲੇ ਦੇ ਨਾ ਆਪਦਾ ਵੀਰ ਖਾ ਲਿਆ ਤੇਰੀ ਕਿੱਥੋਂ ਸੁੱਖ ਪਾਲੂਗੀ ਭਾਬੀ ਮੇਰੀ ਕੀ ਗਲਤੀ ਇਹਦੇ ਵਿੱਚ ਚੱਲੀ ਐਵੀਂ ਰੋਈ ਜਾਂਦੀ ਆ ਨਾ ਦੱਸ ਤੇਰੀ ਕੀ ਗਲਤੀ ਹੈਗੀ ਮੈਂ ਹੀ ਕਮਲੀ ਰਹਿ ਗਈ ਮੈਂ ਤੈਨੂੰ ਭੇਜਤਾ
ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ, ਪਰ ਮੈਂ ਤੇਰਾ ਮਨ ਰੱਖਣ ਦੀ ਮਾਰੀ ਨੇ ਭੇਜਦਾ। ਦਿਲ ਨਾ ਹੌਲਾ ਕਰ, ਅੱਜ ਤੋਂ ਮੈਂ ਹੀ ਤੇਰਾ ਵੀਰ ਆ, ਮੈਂ ਹੀ ਤੇਰੀ ਭਰਜਾਈ ਆ, ਮੈਂ ਹੀ ਤੇਰਾ ਬਾਪ ਆ। ਤੂੰ ਮੇਰੇ ਚੁੱਲ੍ਹੇ ਤੇ ਆਇਆ ਕਰ, ਤੈਨੂੰ ਕਿਸੇ ਦੇ ਚੁੱਲ੍ਹੇ ਤੇ ਜਾਣ ਦੀ ਲੋੜ ਨੀ। ਨਾਲੇ ਮੇਰੀ ਗੱਲ ਸੁਣ, ਤੇਰੇ ਵੀਰੇ ਦੇ ਸੁਪਨੇ ਹੁੰਦੇ ਸੀ ਨਾ ਜਿਹੜੇ ਤੇਰੇ ਪ੍ਰਤੀ, ਤੈਨੂੰ ਮੈਂ ਦਿਖਾਉਣੀ ਅੱਜ। ਉਹਨੂੰ ਸ਼ੌਂਕ ਹੁੰਦਾ ਸੀ ਮੇਰੀ ਭੈਣ ਨੂੰ ਇਹੋ ਜਿਹੇ ਲੀੜਾ ਕੱਪੜਾ ਲੈ ਕੇ ਦਿਆ ਕਰਾਂਗੀ। ਮੈਂ ਵੀ ਤੇਰੇ ਆਉਣ ਤੋਂ ਪਹਿਲਾਂ ਸਾਰਾ ਕੁਛ ਲੈ ਕੇ ਰੱਖਿਆ ਹੋਇਆ ਗਾ। ਤੂੰ ਮੇਰੇ ਰੱਖੜੀ ਬਣ ਭਾਬੀ। ਹਾਂਜੀ ਦੋਸਤੋ, ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕਿਵੇਂ ਦੀ ਲੱਗੀ ਵੀਡੀਓ? ਜੇ ਵਧੀਆ ਲੱਗੀ ਕਮੈਂਟ ਕਰਨਾ, ਲਾਇਕ ਕਰਨਾ, ਸਬਸਕ੍ਰਾਈਬ ਕਰਨਾ। ਇਹ ਵੀਰ ਸਾਨੂੰ ਕਮੈਂਟ ਕਰਦੇ ਆ, ਅਸੀਂ ਉਹਨਾਂ ਦੇ ਨਾਮ ਬੋਲਣ ਲੱਗੇ ਹਾਂ। ਸਰਬਨ ਦਾਸ ਮਹਿਤਾ, ਓਮਕਰਨ ਸਿੰਘ, ਡਾਕਟਰ ਸੁਖਰਾਜ ਸਿੰਘ, ਬਲਦੇਵ ਸਿੰਘ, ਗੁਰਵੰਤ ਵਿਰਕ, ਬਲਦੇਵ ਸਿੰਘ, ਸੁਮਨ ਵਾਲਾ, ਸੁਰਿੰਦਰ ਸਿੰਘ ਮੋਗਾ, ਅਰੀਤ, ਸਤਵੰਤ ਕੌਰ, ਸਰਦਾਰ ਬਲਵਿੰਦਰ ਸਿੰਘ ਸਿੱਧੂ, ਅਵੀਨ ਚੌਹਾਨ, ਮਨਜੀਤ ਕੌਰ, ਮਨਿੰਦਰ ਕੌਰ, ਭੋਲਾ ਸਿੰਘ, ਹਰਵਿੰਦਰ ਸਿੰਘ, ਬੱਬਰ ਸਿੰਘ, ਗੋਪੀ ਸਿੰਘ, ਗੁਰਵੰਤ ਵਿਰਕ, ਸੁਮਨ ਬਾਲਾ ਤੇ ਸੰਜੇ ਸਿੰਘ ਤੇ ਮਨਜੀਤ ਕੌਰ ਗੁਰੂ। ਇਹਨਾਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ। ਇਸੇ ਤਰ੍ਹਾਂ ਕਮੈਂਟ ਕਰਦੇ ਰਿਹਾ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਹਰ ਰੋਜ਼ ਸਾਡੀ ਵੀਡੀਓ ਆਉਂਦੀ ਰਿਹਾ ਕਰੋ। ਇੱਕ ਦਿਨ ਛੱਡ ਕੇ ਜਾਂ ਡੇਲੀ ਵਾਂਗੂ ਵੀਡੀਓ ਆਉਂਦੀ ਰਿਹਾ ਕਰੋ ਤੇ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਿਹਾ ਕਰੋ। ਸਾਰਿਆਂ ਦਾ ਧੰਨਵਾਦ।